ਚਾਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਪ੍ਰੋਗਰਾਮ ਚਾਚ ਦਾ ਵਿਚਾਰ ਲੈ ਕੇ ਹਾਜ਼ਰ ਆਇਆ ਇੱਕ ਵਾਰ ਫਿਰ ਤੋਂ ਹਰਮਨ ਤੰਦ ਅ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੁਝ ਖਾਸ ਹੈ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਕੀ ਚੱਲ ਰਿਹਾ ਐਂਡ ਉਸੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਇਆ ਮੈਂ ਅੱਜ ਇੱਕ ਬਹੁਤ ਹੀ ਖਾਸ ਸ਼ਖਸ ਨੂੰ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈ ਆ ਅ ਇਹਨਾਂ ਦਾ ਨਾਮ ਹੈ ਜੀ ਸਰਕਲ ਸੀਨੀਅਰ ਪ੍ਰਧਾਨ ਸੈਕਟਰੀ ਸਰ ਤੁਸੀਂ ਨਾਮ ਨਹੀਂ ਦੱਸਿਆ ਆਪਣਾ ਦੇ ਭਾਈ ਨਾਂ ਕਾਦੇ ਹੁੰਦੇ ਜੀ ਰਾਜਨੀਤੀ ਚ ਤਾਂ ਉਹਦਾ ਹੀ ਹੁੰਦਾ ਜੀ। ਯਾ ਚਲੋ ਨਾਂ ਨੂੰ ਕੌਣ ਪੁੱਛਦਾ ਜੀ? ਨਾਂ ਤਾਂ ਜੀ ਅਗਲੇ ਦਿਨ ਭੁੱਲ ਜਾਂਦੇ ਲੋਕ ਜਦੋਂ ਉਹਦਾ ਚਲੇ ਜਾਂਦਾ। ਨਹੀਂ ਇਹ ਨਾਂ ਦੇ ਕੇ ਉਹਦਾ ਹੀ ਹੈ ਜੀ। ਉਹ ਤਾਂ ਤੁਹਾਡੀ ਗੱਲ ਠੀਕ ਹੈ। ਪਰ ਇਹ ਉਹਦੇ ਵੀ ਕਈ ਸਾਰੇ ਇਕੱਠੇ ਕਰਕੇ ਮੈਨੂੰ ਲੱਗਦਾ ਇੱਕ ਬਣਾਇਆ ਹੋਇਆ। ਮਤਲਬ ਸਰਕਲ, ਸੀਨੀਅਰ ਪ੍ਰਧਾਨ, ਫਿਰ ਸੈਕਟਰੀ। ਇਹ ਇਹ ਬੜਾ ਬਹੁਤ ਵਧੀਆ। ਤੁਸੀਂ ਸਵਾਲ ਕੀਤਾ ਇਹ ਦੇਖੋ ਕਿਨੇ ਉਹਦੇ ਲੋਕ। ਓਕੇ। ਤੁਸੀਂ ਸਰਕਲ ਲਾ ਦਿਓ। ਹਾਂਜੀ। ਕੀ ਬਣਿਆ? ਸੀਨੀਅਰ ਪ੍ਰਧਾਨ, ਸੈਕਟਰੀ। ਉਹ ਵੱਖਰਾ ਉਹਦਾ ਬਣ ਗਿਆ। ਪਰ ਚੋ ਸੈਕਟਰੀ ਲਾ ਦਿਓ ਸਰਕਲ ਸੀਨੀਅਰ ਪ੍ਰਧਾਨ ਹਾਂ ਤੇ ਸੀਨੀਅਰ ਤੇ ਸਰਕਲ ਲਾ ਦਿਓ ਆ ਤੇ ਆਪਣਾ ਸੈਕਟਰੀ ਵੀ ਲਾ ਦਿਓ ਪ੍ਰਧਾਨ ਹਾਂ ਦੇਖੋ ਇਹ 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 ਦੇਖੋ ਇਹ ਇਹ ਅਲੱਗ-ਅਲੱਗ ਪਾਰਟੀਆਂ ਦੀ ਆਪਣੀ-ਆਪਣੀ ਸਟ੍ਰੈਟਜੀ ਹੁੰਦੀ ਹੈ ਵੇਖੋ ਦੋ-ਚਾਰ ਬੰਦਿਆਂ ਨੂੰ ਪ੍ਰਧਾਨ ਸੈਕਟਰੀ ਬਣਾ ਦੋ ਉਹ ਤਾਂ ਦੂਤ ਨਹੀਂ ਰਹਿ ਗਏ ਹਾਂਜੀ ਇਹੋ ਜੇ ਨਾਲ ਪੰਜ ਚਾਰ ਚੀਜ਼ਾਂ ਹੋਰ ਜੋੜ ਦੇ ਦਈਏ ਇਹਦੇ ਨਾਲ ਇਹ ਹੁੰਦਾ ਵੀ 10-15 ਬੰਦੇ ਐਡਜਸਟ ਹੋ ਜਾਂਦੇ ਆ ਤੇ ਨਾਲੇ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਵੀ ਵੱਡਾ ਕਿਹੜਾ ਨਿੱਕਾ ਕਿਹੜਾ ਸਾ ਬੇਸਿਕਲੀ ਅਧਿਆਆਂ ਦੇ ਉੱਪਰ ਕਨਸੈਂਟਰੇਸ਼ਨ ਇਹ ਦੇਖੋ ਲੈ ਦੇ ਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਅਬੀਬਾ ਜੀ ਬੇਨਤੀ ਕੀਤੀ ਸੀ ਕਿ ਇਹ ਰਾਜਨੀਤੀ ਚਾਉਂਦਾ ਹੁੰਦਾ ਹੈ ਬੰਦੇ ਨੂੰ ਕੌਣ ਪੁੱਛਦਾ ਚਲੋ ਮੈਂ ਤੁਹਾਡੀ ਇੱਕ ਵਾਰ ਇੰਟਰੋਡਕਸ਼ਨ ਕਰਾ ਦਿਆਂ ਤੁਸੀਂ ਅੱਜ ਤੁਸੀਂ ਦੇਖੋ ਵੀ ਮੇਰੇ ਕੋਲੇ ਆਉਦਾ ਨਾ ਹੋਵੇ ਮੈਨੂੰ ਕਿਹਨੇ ਪੁੱਛਿਆ ਤੁਸੀਂ ਨਹੀਂ ਸੱਦਣਾ ਮੈਨੂੰ ਇੱਥੇ ਬਿਲਕੁਲ ਅੱਜ ਤੁਸੀਂ ਤਾਂ ਹੀ ਸੱਦਣਾ ਜੀ ਹਾਂਜੀ ਬਿਲਕੁਲ ਸੋ ਇਹ ਪੰਜਾਬ ਦੀ ਇੱਕ ਬਹੁਤ ਹੀ ਨਾਮੀ ਪੋਲਿਟੀਕਲ ਪਾਰਟੀ ਤੋਂ ਸਾਡੇ ਵਿਚਕਾਰ ਅੱਜ ਮੌਜੂਦ ਹੋਏ ਨੇ ਕਾਫੀ ਜ਼ਿਆਦਾ ਨਾਮ ਹੈ ਜੀ ਇਹਨਾਂ ਦਾ ਅੱਜ ਇਹਨਾਂ ਤੋਂ ਆਪਾਂ ਇਹਨਾਂ ਦੇ ਸਫ਼ਰ ਦੇ ਬਾਰੇ ਵਿੱਚ ਇਹਨਾਂ ਦੀ ਪਾਰਟੀ ਦੇ ਬਾਰੇ ਵਿੱਚ ਇਹਨਾਂ ਦੇ ਬਾਰੇ ਵਿੱਚ ਕੁਝ ਇੱਕ ਸਵਾਲ ਜਿਹੜੇ ਨੇ ਉਹ ਡੈਕਰੇ ਲਈ ਅਸੀਂ ਤੁਹਾਡੇ ਤੋਂ ਕਰਾਂਗੇ ਸੋ ਆਪਾਂ ਹੁਣੇ ਹੀ ਸਵਾਲਾਂ ਦੀ ਜਿਹੜੀ ਛੜੀ ਆ ਉਹ ਲਗਾ ਦਈਏ ਹਾਂਜੀ ਹਾਂਜੀ ਪੁੱਛੋ ਮੈਨੂੰ ਇਹ ਦੱਸੋ ਵੀ ਸਭ ਤੋਂ ਪਹਿਲਾਂ ਕਿਉਂਕਿ ਪੋਜ਼ਿਟਿਵ ਨੋਟ ਤੋਂ ਇੱਕ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਨੂੰ ਮੈਨੂੰ ਇਹ ਦੱਸੋ ਵੀ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਹੁਣ ਤੱਕ ਸਰਕਾਰ ਦੀਆਂ ਤੁਹਾਨੂੰ ਕੀ ਲੱਗਦਾ ਦੇਖੋ ਜੇ ਪ੍ਰਾਪਤੀਆਂ ਬਾਰੇ ਤੁਹਾਨੂੰ ਨਹੀਂ ਪਤਾ ਤਾਂ ਸਾਨੂੰ ਕੀ ਪੁੱਛਦੇ ਨਹੀਂ ਨਹੀਂ ਉਦਾਂ ਤੁਸੀਂ ਟੈਲੀਵਿਜ਼ਨ ਤੇ ਧੰਨਵਾਦ ਅਗਲੇ ਨੇ ਨੌਕਰੀ ਦਿੱਤੀ ਆ ਐਂਕਰਾਂ ਤੁਸੀਂ ਜੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਹੋਏ ਕੰਮ ਦੇ ਬਾਰੇ ਨਹੀਂ ਜਾਣਕਾਰੀ ਤੁਹਾਨੂੰ ਮੈਂ ਨਾ ਤੁਹਾਨੂੰ ਨੌਕਰੀ ਤੋਂ ਹੁਣੇ ਕੱਢ ਦੇਣਾ ਚਾਹੀਦਾ ਨਹੀਂ ਸਰ ਪਰ ਐਂਕਰਸ ਨੂੰ ਤਾਂ ਆਲਰੇਡੀ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਮੈਂ ਕਿਹਾ ਤੁਸੀਂ ਬਹੁਤ ਸਾਰੇ ਮਕਾਊ ਲੋਕ ਤੁਰੇ ਫਿਰਦੇ ਆ ਜੇ ਅਸੀਂ ਆਸ ਨਹੀਂ ਕਰਦੇ ਨਾ ਵੀ ਤੁਸੀਂ ਵੀ ਉਦਾਂ ਦੇ ਹੋਵੋਗੇ ਨਹੀਂ ਪਰ ਇੱਕ ਵਾਰ ਤੁਸੀਂ ਆਪਣੀ ਜ਼ੁਬਾਨੀ ਦੱਸ ਦੋ ਤਾਂ ਉਹ ਜ਼ਿਆਦਾ ਬੈਟਰ ਹੈ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਜ਼ਿਆਦਾ ਵਿਕਾਸ ਹੋਇਆ ਜਿਹਦੇ ਵਿੱਚ ਜਿਹੜੇ ਬੰਦੇ ਕੋਲੇ ਕਾਰ ਨਹੀਂ ਸੀ ਮਰਸਡੀਜ਼ਾਂ ਕਾਰਾਂ ਆ ਗਈਆਂ ਵੱਡੀਆਂ-ਵੱਡੀਆਂ ਕੋਠੀਆਂ ਪਿੰਡਾਂ 'ਚ ਪੈ ਗਈਆਂ ਕਾਰੋਬਾਰਾਂ ਦੀ ਸ਼ੈਬਰ ਲੱਗੀ ਪਈ ਹੈ ਸੋ ਵਿਕਾਸ ਹੀ ਹੈ ਸਰ ਮੈਂ ਪੰਜਾਬ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰ ਰਹੀ ਹਾਂ ਨਹੀਂ ਜੀ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਕਰ ਰਿਹਾ ਜੀ ਹੋਰ ਕਿਹਦੀ ਗੱਲ ਕਰ ਰਿਹਾ ਨਹੀਂ ਨਹੀਂ ਪਰ ਇਹ ਤੁਹਾਡੀਆਂ ਗੱਲਾਂ ਤੋਂ ਮਤਲਬ ਮੈਂ ਤਾਂ ਜਿਹੜੇ ਪੰਜਾਬ ਦੇ ਆਮ ਲੋਕ ਨੇ ਉਹਨਾਂ ਦੇ ਕੋਲ ਮੈਂ ਮਰਸਡੀਕਾਰਾਂ ਦੇ ਦੇਖੋ ਮੈਂ ਆਮ ਲੋਕਾਂ ਦੀ ਗੱਲ ਤੁਸੀਂ ਕਹਿੰਦੇ ਪੰਜਾਬ ਦਾ ਵਿਕਾਸ ਇਹ ਵੀ ਤਾਂ ਜੇ ਹੁਣ ਮੰਨ ਲਓ ਸਾਡੀ ਪਾਰਟੀ ਦੇ ਬੰਦੇ ਆ ਜਾਂ ਸਾਡੇ ਬੰਦੇ ਆ ਜੇ ਅਸੀਂ ਆਪਣੀ ਗੱਲ ਕਰ ਰਹੇ ਆ ਅਸੀਂ ਵੀ ਤਾਂ ਪੰਜਾਬ 'ਚ ਰਹਿੰਦੇ ਹਾਂ ਜੇ ਸਾਡੇ ਕੋਲ ਆਇਆ ਤਾਂ ਈ ਗੱਲ ਪੰਜਾਬ 'ਚ ਨਹੀਂ ਆਇਆ ਚਲੋ ਅਸੀਂ ਮੰਗਲ ਕਰਾ ਤੇ ਰਹਿੰਦੇ ਬਿਲਕੁਲ ਮਤਲਬ ਜੇ ਸਾਰਾ ਕੁਝ ਆਇਆ ਤੇ ਫਿਰ ਪੰਜਾਬ 'ਚ ਹੀ ਹੈ ਵਿਕਾਸ ਤੇ ਫਿਰ ਪੰਜਾਬ ਦਾ ਹੀ ਹੋਇਆ ਨਾ ਮਤਲਬ ਤੁਹਾਡਾ ਵਿਕਾਸ ਪੰਜਾਬ ਦਾ ਵਿਕਾਸ ਆ ਤਾਂ ਫਿਰ ਕੀ ਗੱਲ ਅਸੀਂ ਬਾਹਰ ਦੇ ਬੰਦੇ ਆ ਨਹੀਂ ਨਹੀਂ ਤੁਸੀਂ ਵੀ ਪੰਜਾਬ ਦੇ ਹੀ ਹੋ ਡੈਫੀਨਿਟਲੀ ਸੋ ਮੈਨ ਲਾਇਦਾ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀਆਂ ਨੇ ਆਪਣੀਆਂ ਗੱਲਾਂ ਪਰ ਉਸ ਤੋਂ ਪਹਿਲਾਂ ਸ਼ੁਰੂਆਤ ਚ ਆਪਾਂ ਥੋੜਾ ਕੋਈ ਐਂਟਰਟੇਨਮੈਂਟ ਦੇ ਵੀ ਲੋੜ ਹੈ ਉਹ ਕਰ ਲੋ ਵਾਹੇ ਸਾਨੂੰ ਪਸੰਦਤਾ ਨਹੀਂਗਾ ਵੀ ਕੋਈ ਗਾਣਾ ਚੰਗਾ ਲਾਓ ਪਤਾ ਲੱਗੇ ਵੀ ਐਵੇਂ ਸਾਡੀ ਬਦਨਾਮੀ ਕਰ ਦਿਓ ਨਹੀਂ ਨਹੀਂ ਜੀ ਚੰਗਾ ਹੀ ਲਾਵਾਂਗੇ ਗਾਣਾ ਸੁਣ ਲੀਏ ਪਹਿਲਾਂ ਸੁਣਾਓ ਸੁਣਾਓ ਆ ਦੀ ਹਜ਼ਰਤ ਚੰਚ ਦਾ ਵੀ ਚਾਹ ਖਬਰਾਂ ਦੇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਿਆਂ ਦੇ ਵਿੱਚ ਪਾਗਲੇ ਹਨ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਉਹ ਚੇਂਜ ਮੈਂ ਹਾਂ ਜਗਰਾਜ ਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦੰਨਿਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੋ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾ ਇਤਿਹਾਸਕ ਫੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾ ਜਿਵੇਂ ਅਸੀਂ ਲਾਉਨੇ ਆ ਕੋਈ ਨਹੀਂ ਲਾਉਂਦਾ ਮੈਂ ਪਿਰਥੀਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਸਵੀਰਾ ਲਾਈਟ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਓਨਡ ਮਾਰਟੀਨੇਸ਼ਨ ਮੈ ਰੂਪ ਕੋ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਂਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀਕ ਚੜ੍ਹਦੇ ਹਜ਼ੂਰ ਮੈਂ ਹਾਂ ਸਵਰਨ ਸਿੰਘ ਪਹਿਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿੱਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵੇ ਲਾ ਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੀ ਮਾਮਲਾਤ ਦੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਨਿਪਾਲ ਤੁਹਾਡੀ ਕਚਾਰੀ ਵਿੱਚ ਤੁਹਾਡੇ ਸਜਵਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਹਾਂ ਆਪਣੇ ਮਹਿਮਾਨਾਂ ਆ ਕੇ ਅਸੀਂ ਦੇ ਨੇਹਾ ਤੁਹਾਡੇ ਸਜਵਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕੋਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜੇ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਸਪਨ ਮੰਚ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਇਆ ਨਹੀਂ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ ਪ੍ਰਾਈਮੇਸ਼ਾ ਟੀਵੀ ਤੁਹਾਡੇ ਸਹਿਯੋਗ ਨਾਲ ਉਹਦੀ ਹਾਜ਼ਰੀ ਚਾਜਦਾ ਵਿਚਾਰ ਪ੍ਰਾਈਮੇਸ਼ੀਆ ਟੀਵੀ ਦੇ ਉੱਪਰ ਚਾਜਦਾ ਵਿਚਾਰ ਪ੍ਰੋਗਰਾਮ ਚੱਲ ਰਿਹਾ ਜੀ ਅ ਸਰ ਮੈਂ ਤੁਹਾਡੇ ਜਿਹੜੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਪਈ ਸੀ ਇੱਕ ਮੈਂ ਨਾ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਹੋਡਿੰਗਸ ਦੇ ਬਾਰੇ ਵਿੱਚ ਪੜਿਆ ਹੈ ਬਹੁਤ ਸਾਰੇ ਹੋਡਿੰਗਸ ਨੂੰ ਵੇਖਿਆ ਵੀ ਹੈ ਇਨਫੈਕਟ ਉਹਨਾਂ ਦੇ ਉੱਪਰ ਸੜਕਾਂ ਦੀ ਕਾਫੀ ਜ਼ਿਆਦਾ ਚਰਚਾ ਹੈ ਵੀ ਫਲਾਈਓਵਰਸ ਬਣਾਉਂਦੇ ਸੜਕਾਂ ਦੇ ਕੋਈ ਬਣਾਏ ਆ ਤੇ ਅਸੀਂ ਲਿਖਿਆ ਨਹੀਂ ਨਹੀਂ ਉਹ ਤਾਂ ਡੈਫੀਨਿਟਲੀ ਤੁਸੀਂ ਦੱਸੋ ਹੁਣ ਜੇ ਤੁਸੀਂ ਵਿਕਾਸ ਦੀ ਗੱਲ ਕਰਦੇ ਹੁਣ 6 6 ਮਾਰਗੀਆਂ 8 8 ਮਾਰਗੀਆਂ ਅਸੀਂ ਤਾਂ ਕਹਿੰਨੇ 12 ਮਾਰਗੀਆਂ ਬਣਾ ਦਨੇ ਸੜਕਾਂ ਥਾਂ ਹੀ ਨਹੀਂ ਨਹੀਂ ਸਰ ਪਰ ਉਹ ਆਚਾਰ ਮਾਰਗੀ ਸੜਕਾਂ 6 ਮਾਰਗੀ ਸੜਕਾਂ ਕਦੋਂ ਅੱਗੇ ਚੱਲ ਕੇ ਇੱਕ ਮਾਰਗੀ ਵੀ ਨਹੀਂ ਰਹਿੰਦੀਆਂ ਇਹ ਵੀ ਕੋਈ ਗੱਲ ਨਹੀਂ ਸਮਝੇ ਇਹ ਸਾਨੂੰ ਤਨਖਤ ਹੋਇਆ ਕੰਮ ਕਰਦੇ 10 ਸਾਲ ਹੋਏ 10 ਸਾਲ ਯੈਸ ਹੁਣ 10 ਸਾਲਾਂ ਦੇ ਵਿੱਚ ਜਿਹੜੀਆਂ ਪਿਛਲੇ 100 ਸਾਲ ਦੀਆਂ ਕਮੀਆਂ ਸੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਐਸਾ ਤੁਸੀਂ ਸ਼ਾਇਦ ਭੁੱਲ ਗਏ ਵੀ ਹਾਲੇ ਤਾਂ ਇੰਡੀਆ ਨੂੰ ਆਜ਼ਾਦ ਹੋਏ ਵੀ ਅਪ੍ਰੋਕਸੀਮੇਟਲੀ 70 ਕਿ ਸਾਲ ਹੋਏ ਦੇਖੋ ਤੁਸੀਂ 30 ਸਾਲ ਗੋਰਿਆਂ ਦੇ ਵੀ ਲਾ ਲਓ ਜੇ ਗੋਰੇ ਬਣਾ ਜਾਂਦੇ ਫਿਰ ਉਹਨਾਂ ਵੀ ਨਹੀਂ ਬਣਾਇਆ ਨਾ ਓਕੇ ਸੋ ਗੱਲ ਇਹ ਹੈ ਜੀ ਕਿ ਪਿਛਲੇ 100 ਸਾਲ ਦਾ ਵਿਕਾਸ ਜਿਹੜਾ ਅਸੀਂ ਕੀਤਾ ਹੁਣ 10 ਸਾਲਾਂ ਦੇ ਵਿੱਚ ਜਿੰਨਾ ਕਿ ਸਾਡਾ ਦਾਅ ਲੱਗਾ ਜੀ ਉਹਨਾਂ ਕ ਅਸੀਂ 8 ਮਾਰਗੀ 6 ਮਾਰਗੀ 4 ਮਾਰਗੀ ਕਰੀ ਜਾਂਦੇ ਆ ਹੂੰ ਤੇ ਉਦੋਂ ਬਾਅਦ ਅਗਲਾ ਵੀ ਕਰਦੇ ਅਸੀਂ ਤਾਂ ਇਹ ਤਾਂ ਕਹਿੰਦੇ 25 ਸਾਲ ਲਾ ਕੇ ਕਰਨਾ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਜਿਹੜਾ ਪੰਜਾਬ ਪਿਛਲੇ 100 ਸਾਲਾਂ ਚ ਮਿੱਟੀ ਕਰ ਦਿੱਤਾ ਸਰਕਾਰਾਂ ਨੇ ਆਪਾਂ 70 ਸਾਲਾਂ ਤੇ ਰਹੀਏ ਤਾਂ 70 ਸਾਲ ਲਾ ਰਹੋ ਤੁਸੀਂ 70 ਸਾਲਾਂ ਨੂੰ ਸਹੀ ਕਰਨ ਲਈ ਸਾਨੂੰ 25 ਸਾਲ ਲੱਗਣਗੇ ਅਸੀਂ ਤਾਂ ਇਹ ਸਾਡੇ ਬਾਲਾ ਸਾਹਿਬ ਵੱਲੋਂ ਇਹੀ ਕਿਹਾ ਜਾਂਦਾ ਵੀ ਅਸੀਂ 25 ਸਾਲ ਲਾ ਕੇ ਕਰਨਾ ਹਾਂਜੀ ਪਰ ਮੈਂ ਮੈਨੂੰ ਇੱਕ ਚੀਜ਼ ਕਦੇ ਸਮਝ ਨਹੀਂ ਆਇਆ ਇੱਕ ਮਿੰਟ ਬਾਲਾ ਸਾਹਿਬ ਵੱਲੋਂ ਬਾਲਾ ਨੇ ਕੀ ਹਤੇ ਬਾਲਾ ਸਰ ਸਦਾ ਬਾਲਾ ਇੰਨੀ ਵਾਰੀ ਬਾਲਾ ਸਾਹਿਬ ਇਹ ਦੇਖੋ ਜੀ ਕਹਿਣਾ ਪੈਂਦਾ ਮੈਂ ਸੌਰੀ ਪਹਿਲਾਂ ਥੋੜਾ ਕਹਿਣਾ ਭੁੱਲ ਗਿਆ ਸੀਗਾ ਅੱਛਾ ਇਹ ਤੁਸੀਂ ਸਾਡੇ ਸਾਰੇ ਲੀਡਰਾਂ ਵੱਲ ਦੇਖਣਾ ਵੀ ਜੇ ਮੰਨ ਲਓ 1 ਮਿੰਟ ਗੱਲ ਕਰਨ ਦਾ ਵਿੱਚੋਂ 30 ਸਕਿੰਟ ਸੈਨ ਬਲਦ ਸਾਹਿਬ ਕਹਿਣਾ ਪੈਂਦਾ ਬਕੌਸ ਮਤਲਬ ਐਸੇ ਸਵਾਲ ਤੇ ਆਉਣ ਲੱਗੀ ਸੀ ਵੀ ਤੁਹਾਡੇ ਆਉਣ ਨਾਲੇ ਮੈਨੂੰ ਲੱਗਦਾ ਵੀ ਤੁਸੀਂ ਕੋਈ ਏਡੇ ਸਮਝਦਾਰ ਨਹੀਂ ਹੈਗੇ ਹੁਣ ਤੁਸੀਂ ਵੀ ਇੱਥੇ ਕੰਮ ਕਰਦੇ ਤੁਹਾਡਾ ਵੀ ਕੋਈ ਅਫਸਰ ਹੋਗਾ ਉੱਤੇ ਆਫਕੋਰਸ ਪਰ ਮੈਂ ਉਹਨਾਂ ਦਾ ਨਾਤਾ ਨਹੀਂ ਲੈਂਦੀ ਨਾ 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 ਲਓ ਜੀ ਸਦਕੇ ਤੁਹਾਨੂੰ ਤੁਹਾਨੂੰ ਦੇਖੋ ਉਹਨਾਂ ਦੀ ਜੀਹ ਜੂਰੀ ਤੇ ਕਰਨੀ ਪੈਂਦੀ ਹੁਣ ਬਲਦ ਸਾਹਿਬ ਜਿਹੜਾ ਸਾਨੂੰ ਰੋਜ਼ ਮਿਲਦੇ ਉਹਨਾਂ ਦਾ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਵੀ ਸਾਡੀ ਗੱਲ ਕੀਤੀ। ਦੇਖੋ ਇਹ ਇਹ ਇਹਦੇ ਇਹਦੇ ਦੁਨੀਆਦਾਰੀ ਹੈ ਜੀ ਜਿੱਥੋਂ ਵੱਡੇ ਦੀ ਤੁਹਾਨੂੰ ਕਰਨੀ ਪੈਣੀ ਹੈ। ਆਪਾਂ ਚਲੋ ਉਧਰਲੇ ਵਾਲੇ ਬੰਨੇ ਨੂੰ ਬਾਅਦ ਚ ਜਾਣੇ ਪਹਿਲਾਂ ਵੀ ਤੁਹਾਡੇ 25 ਸਾਲਾਂ ਤੇ ਆਉਣ ਲੱਗੀ ਸੀ ਕਿ ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਕਦੇ ਵੀ ਵੀ 10 ਸਾਲ ਪਹਿਲਾਂ ਵੀ ਇਹੀ ਬਿਆਨ ਸੀ ਵੀ 25 ਸਾਲ ਰਾਜ ਕਰਨਾ ਹੈ। 5 ਸਾਲਾਂ ਬਾਅਦ ਵੀ ਇਹੀ ਬਿਆਨ ਸੀ ਵੀ 25 ਸਾਲ ਰਾਜ ਕਰਨਾ ਹੈ। 10 ਸਾਲਾਂ ਬਾਅਦ ਵੀ ਇਹੀ ਬਿਆਨ ਹੈ ਵੀ 25 ਸਾਲ ਰਾਜ ਕਰਨਾ ਹੈ। ਵੀ 25ਾਂ 'ਚ ਕੋਈ ਘਟਾਇਆ ਜਾਂ ਵਾਧਾ ਨਹੀਂ ਹੋ ਰਿਹਾ। ਦੇਖੋ ਗੱਲ ਇਹ ਹੈ ਵੀ ਅਸੀਂ 25 ਸਾਲ ਕਹੀ ਜਾਂਦੇ ਹਾਂ ਕੀ ਪਤਾ ਦੇਖੋ ਪੰਜਾਬ ਦੀ ਜੱਟਾ ਇੰਨਾ ਪਿਆਰ ਕਰੇ 35 ਸਾਲ ਕਰਦੀਏ 45 ਕਰਦੀਏ ਬਿਲਕੁਲ ਪਿਆਰ ਤਾਂ ਨਜ਼ਰ ਆਈ ਰਿਹਾ ਅੱਜਕੱਲ੍ਹ ਅਸੀਂ ਇਹ ਇਹ ਤਾਂ ਜੀ ਤੁਸੀਂ ਮੂੰਹ ਨਾ ਖਲਾਓ ਇਹ ਤਾਂ ਸਾਨੂੰ ਬੰਦਾ ਨਹੀਂ ਲੱਭਣ ਦਾ ਮਾਰਕ ਜੁਕਰਬਰਗ ਜਿਹੜਾ ਵੀ ਹੈਗਾ ਇਹ ਤੁਸੀਂ ਮਾਰਕਸ ਆ ਫੇਸਬੁੱਕ ਫੂਸਬੋਕ ਸੰਤਾ ਮੈਂ ਕਿ ਵੀ ਬਲਸਮ ਗੱਲ ਕਰ ਰਿਹਾ ਸੀ ਵੀ ਇਹ ਪਤਾ ਲੱਗੇ ਕਿੱਥੋਂ ਚੱਲਦੇ ਚੈਨਲ ਚੁਨਲ ਜਿਹੋ ਜੇ ਨਹੀਂ ਪਰ ਤੁਸੀਂ ਮਾਰਕਸ ਜੁਕਰਬਰਗ ਨੂੰ ਲੱਭ ਕੇ ਕੀ ਕਰਦੇ ਹੋ ਮੈਂ ਉਹੀ ਕਰ ਕਰ ਰਿਹਾ ਮਤਲਬ ਅਸੀਂ ਤਾਂ ਉਹੀ ਕਹਿੰਦੇ ਵੀ ਥਾਣਾ ਦਾ ਘੇਰਾ ਵਧਾਈਏ ਕੁਝ ਪਤਾ ਲੱਗੇ ਵੀ ਇਹ ਕਿੱਥੋਂ ਚੱਲਦੀਆਂ ਨੇ ਚੀਜ਼ਾਂ ਜਿਹੜੀਆਂ ਇੰਨਾ ਇਹ ਕੂੜ ਸਾਡੇ ਕੋਲ ਸਾਰੇ ਸਾਧਨ ਹੈ ਓਕੇ ਪਰ ਹੁਣ ਥੋੜਾ ਜਿਹਾ ਲੋਟ ਆਉਣ ਦੀ ਗੱਲ ਸੀਗੀ ਪਰ ਚਲੋ ਇਹ ਵੀ ਆਉਣ ਵਾਲੇ ਸਮਝ ਮਾਰੇ ਕਿਰਪਾ ਕਰੇ ਇਹ ਵੀ ਵਿਕਾਸ ਦੀ ਨੇਰੀ ਦੇ ਵਿੱਚ ਹੀ ਤਾਂ ਇਹ ਨਿਕਲ ਜਾਣੀਏ ਇਹ ਕੋ ਬਹੁਤ ਅਸਰ ਨਹੀਂ ਆਉਣਾ ਇਹ ਵਿਕਾਸ ਕਿਹਦਾ ਵਿਕਾਸ ਹੋਣਾ ਇਹ ਵਿਕਾਸ ਪੰਜਾਬ ਦਾ ਵਿਕਾਸ ਹੈ ਹੋਰ ਕਿਹਦਾ ਹੋਣਾ ਬਿਲਕੁਲ ਬਿਲਕੁਲ ਪੰਜਾਬ ਦੇ ਵਿਕਾਸ ਨੂੰ ਲੈ ਕੇ ਤੁਹਾਨੂੰ ਹੁਣ ਤੱਕ ਪਤਾ ਲੱਗ ਗਿਆ ਹੋਣਾ ਇਹ ਵੀ ਕਾਫੀ ਜ਼ਿਆਦਾ ਇੱਕ ਗਹਿਰੀ ਸੋਚ ਰੱਖਦੇ ਹੋ ਤੁਸੀਂ ਹਾਂਜੀ ਹਾਂ ਨਾ ਸੋ ਇਹ ਗੱਲਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜੇ ਫਿਲਹਾਲ ਫਿਰ ਸਮਾਂ ਹੋ ਗਿਆ ਥੋੜੀ ਜਿਹੀ ਬ੍ਰੇਕ ਦਾ ਲੈ ਲਓ ਬ੍ਰੇਕ ਇਹ ਤਾਂ ਤੁਹਾਡਾ ਕੰਮ ਆ ਜੀ ਮੈਂ ਤਾਂ ਦੇਖੋ ਪੰਜਾਬ ਦੇ ਵਿਕਾਸ ਦੀ ਗੱਲ ਕਰਨਾ ਹੈ ਅਸੀਂ ਆਪਣੀਆਂ ਪ੍ਰਾਪਤੀਆਂ ਦੀ ਗੱਲ ਕਰਨੀ ਡੈਫੀਨਿਟਲੀ ਤੁਹਾਡੀਆਂ ਪ੍ਰਾਪਤੀਆਂ ਬਾਰੇ ਹੋਰ ਜਾਣਾਂਗੇ ਅਸੀਂ ਜੀ ਜੀ ਆਹ ਜੀ ਹਾਜ਼ਰ ਹੈ ਚੰਚਦਾ ਵੀ ਚਾਹ ਸੋ ਅੱਜ ਆਪਾਂ ਗੱਲਾਂ ਕਰ ਰਹੇ ਹਾਂ ਜੀ ਪੰਜਾਬ ਦੇ ਵਿਕਾਸ ਦੇ ਬਾਰੇ ਵਿੱਚ ਡੈਫੀਨੇਟਲੀ ਹੁਣ ਜੇ ਆਪਾਂ ਅੱਗੇ ਵਧੀਏ ਸਰ ਪਹਿਲਾਂ ਮੈਨੂੰ ਇੱਕ ਸਵਾਲ ਦਾ ਪਲੀਜ਼ ਤੁਸੀਂ ਜਵਾਬ ਦਿਓ ਵੀ ਇੰਨੇ ਔਖੇ ਭਾਰੇ ਜਿਹਾ ਹੋ ਕੇ ਕੱਲ ਹੀ ਬੈਠੇ ਹੋ ਕੰਫਰਟੇਬਲ ਨਹੀਂ ਫੀਲ ਕਰ ਰਹੇ ਤੁਸੀਂ ਸਾਡੇ ਨਹੀਂ ਜੀ ਮੈਂ ਕੰਫਰਟੇਬਲ ਹੀ ਹਾਂ ਮੈਨੂੰ ਕਿਉਂ ਨਹੀਂ ਪਰ ਤੁਸੀਂ ਖੁਸ਼ ਨਹੀਂ ਲੱਗ ਰਹੇ ਮੈਨੂੰ ਦੇਖੋ ਜੋ ਕੁਝ ਆ ਕਰਤੂਤਾਂ ਚੱਲਣ ਡੀਆਂ ਮੋਬਾਈਲਾਂ ਤੇ ਜੋ ਮੁੰਡੇ ਅੱਜਕੱਲ ਕਰ ਰਹੇ ਆ ਇਹ ਵੇਖ ਕੇ ਤੁਹਾਨੂੰ ਕਿਤੇ ਖੁਸ਼ ਹੋਵਾਂਗੇ ਦੇਖੋ ਜੀ ਕਹਿੰਦੇ ਨੇ ਵੀ ਉੱਥੇ ਬੰਦਾ ਖੁੱਲ ਕੇ ਬੋਲ ਸਕਦਾ ਉੱਥੇ ਤੁਹਾਨੂੰ ਬੋਲਣ ਦਾ ਹੱਕ ਹੈ ਅਧਿਕਾਰ ਹੈ ਸੋ ਇਹ ਕੋਈ ਖੁੱਲ੍ਹ ਖੁੱਲ ਕੇ ਬੋਲਣ ਵਾਲੀਆਂ ਗੱਲਾਂ ਇਹ ਇੱਧਰ ਵੀ ਬੜੀਆਂ ਪੂਛੇ ਚੁੱਕੀਆਂ ਬਾਹਰਲੇ ਮੁਲਕਾਂ 'ਚ ਵੀ ਇੱਕਾ ਝਾੜੂ ਵਾਲੇ ਆ ਗਏ ਆ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਪੰਜਾਬ ਤੇ ਰਾਜ ਕਰਨਾ ਅੱਛਾ ਸ਼ਾਇਦ ਆ ਮੋਬਾਈਲ ਦੀਆਂ ਵੀਡੀਓ-ਬੂਡੀਓ ਜਿਹੜੀਆਂ ਫੇਸਬੁੱਕ ਤੇ ਜੋ ਕੁਝ ਚੱਲੀ ਜਾਂਦਾ ਇਹਦੇ ਨਾਲ ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਨੂੰ ਵੋਟਾਂ ਪੈ ਜਾਣਗੀਆਂ ਨਹੀਂ ਪਰ ਤੁਹਾਨੂੰ ਕੀ ਲੱਗਦਾ ਵੀ ਇਦਾਂ ਵੋਟਾਂ ਨਹੀਂ ਪੈਣਗੀਆਂ ਕਿੱਥੋਂ ਪੈਣਗੀਆਂ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੀ ਲੱਗਦਾ ਵੀ ਮੋਬਾਈਲ ਤੇ ਇਹ ਕਿੰਨੇ ਕੁ ਲੋਕਾਂ ਕੋਲੇ ਮੋਬਾਈਲ ਆ ਤੁਸੀਂ ਇੱਕ ਪੰਜਾਬ ਇਹ ਦੇਖੋ ਮੈਂ ਬਾਰ-ਬਾਰ ਇਹੀ ਬੇਨਤੀ ਕਰਦਾ ਕਿ ਇਹ ਲੋਕਾਂ ਨੂੰ ਪਤਾ ਹੀ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਦੁਜੇ ਤੇ ਜਲੇ ਤਰੇ ਫਿਰਦੇ ਕੀ ਨਹੀਂ ਪਤਾ ਇਹਨਾਂ ਨੂੰ ਕੀ ਲੱਗਦਾ ਵੀ ਇਹ ਫੇਸਬੁੱਕ ਤੇ ਉੱਪਰ ਜੇ ਮੁੰਡੇ ਕੁੜੀਆਂ ਸ਼ੁਕਲ ਮਿਲਣ ਲਈ ਚੁਟਕਲੇ ਵਾਲੀਆਂ ਵੀਡੀਓ ਇੱਧਰ ਉੱਧਰ ਭੇਜੀ ਜਾਂਦੇ ਆ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਇਹ ਵੋਟਾਂ ਨਹੀਂ ਪੈ ਜਾਣਗੀਆਂ ਨਹੀਂ ਸਰ ਡੈਫੀਨੇਟਲੀ ਕਲੀਆਂ ਚੁਟਕਲੇ ਵਾਲੀਆਂ ਵੀਡੀਓਜ਼ ਨਹੀਂ ਵਾਇਰਲ ਹੋ ਰਹੀਆਂ ਜਿੱਥੇ-ਇੱਥੇ ਵਿਰੋਧ ਹੁੰਦਾ ਜਿੱਥੇ-ਇੱਥੇ ਹੱਕ 'ਚ ਕੋਈ ਖੜਦਾ ਹੈ ਕਈ ਤਰ੍ਹਾਂ ਦੀਆਂ ਵੀਡੀਓ ਸਾਰਾ ਕੁਝ ਹੈ ਤੇ ਉਹੋ ਹੀ ਚਾਰ ਕੁ ਮੁੰਡੇ ਏ ਨੇ ਜਿ ਮੈਂ ਤੈਨੂੰ ਬੇਨਤੀ ਕਰ ਰਿਹਾ ਦੇਖੋ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਅਸੀਂ ਗਰਾਊਂਡ ਲੈਵਲ ਦੀ ਪਾਰਟੀ ਬਾਲ ਸਾਹ ਨੂੰ ਇਨੇ ਸਾਲ ਹੋ ਗਏ ਅਸੀਂ ਲੋਕਾਂ ਦੇ ਵਿੱਚ ਉੱਠੇ ਹੋਏ ਲੋਕ ਹੁਣ ਤੁਸੀਂ ਪਿੰਡਾਂ ਦੀ ਉਦਾਹਰਨ ਦਿਓ ਜਿਨ੍ਹਾਂ ਦੇ ਨਾਲ ਪਰਿਵਾਰਾਂ ਦੀ ਸਾਹਜ ਹੈ ਹੁਣ ਇੱਕ ਪਰਿਵਾਰ ਦੇ ਬਜ਼ੁਰਗ ਹੈ ਨਾਲ ਮਾਤਾ ਹੈ ਗਾਂ ਦੋ ਤਿੰਨ ਮੁੰਡੇ ਨੇ ਤਿੰਨ ਚਾਰ ਉਹਨਾਂ ਦੇ ਘਰ ਵਾਲੀਆਂ ਨੇ ਉਦੋਂ ਬਾਅਦ ਗਾਂ ਦੋ ਚਾਰ ਨਿਆਣੇ ਨੇ ਉਹਨਾਂ ਚੋਂ ਇੱਕ ਤਾਂ ਵੱਡਾ ਹੋ ਗਿਆ ਉਹਨੇ ਫੋਨ ਤੇ ਉੱਪਰ ਮੋਬਾਈਲ ਤੇ ਆ ਵੀਡੀਓ ਚਲਾਈ ਜਾਂਦਾ ਹੁਣ ਜੇ ਉਹਦੀ ਵੀਡੀਓ ਦਾ ਕਰਕੇ ਤੁਸੀਂ ਆਇਆ ਕੋਈ ਬਾਕੀ ਦੇ 500 ਵੋਟਾਂ ਜਿਹੜੀਆਂ ਉਹ ਵੀ ਝਾੜੂ ਵਾਲਿਆਂ ਨੂੰ ਪੈ ਜਾਣੀਆਂ ਵਹਿਮ ਨਹੀਂ ਸਰ ਪਰ ਜੋ ਲੋਕ ਹੰਡਾਉਂਦੇ ਪਏ ਨੇ ਇਸ ਵੇਲੇ ਆਪਣੇ ਉੱਪਰ ਚਾਹੇ ਤੁਸੀਂ ਮੰਗਾਈ ਦੀ ਗੱਲ ਕਰ ਲਓ ਚਾਹੇ ਇੱਕ ਮਿੰਟਾ ਤੁਸੀਂ ਸੋਹਣੀ ਗੱਲ ਕੀਤੀ ਮੰਗਾਈ ਨੂੰ ਅਸੀਂ ਚੁੰਡੀਆਂ ਵੜਦੇ ਆਂ ਨਹੀਂ ਸਭ ਤੋਂ ਜ਼ਿਆਦਾ ਮੰਗਾਈ ਪੰਜਾਬ ਦੇ ਵਿੱਚ ਮੰਗਾਈ ਤੇ ਸਾਡਾ ਕੀ ਕਸੂਰ ਦੱਸੋ ਨਹੀਂ ਸਰ ਪਰ ਪ੍ਰੋਜੈਕਟ ਮੰਗਾਈ ਕਾ ਤੋ ਤੁਸੀਂ ਕਹਿੰਦੇ ਜੀ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਮੈਂ ਪੈਟਰੋਲ ਡੀਜ਼ਲ ਅਸੀਂ ਬਠਿੰਡੇ ਬਣਾਉਨੇ ਆਂ ਨਹੀਂ ਆ ਤਾਂ ਫਿਰ ਦੱਸੋ ਨਹੀਂ ਪਰ ਆਲਟੀਮੇਟ ਪੈਟਰੋਲ ਡੀਜ਼ਲ ਕਿਤੇ ਆਉਂਦਾ ਉੱਤੇ ਟੈਕਸ ਜਿਹੜੀਆਂ ਰੇਟ ਜਿਹੜੇ ਉਹ ਸੈਂਟਰ ਸਰਕਾਰ ਨੇ ਕਰਨੇ ਆ ਉਹਦੇ ਸਾਡਾ ਕੀ ਰੋਲ ਤੇ ਸਭ ਤੋਂ ਵੱਧ ਜਿਹੜੇ ਟੈਕਸ ਰੇਟਸ ਨੇ ਉਹ ਪੰਜਾਬ ਦੇ ਵਿੱਚ ਹੱਕ ਮਾਲ ਕਰਦੇ ਤੁਸੀਂ ਸਾਰੇ ਥਾਵਾਂ ਤੇ ਉੱਪਰ ਟੈਕਸ ਹੈ ਪੈਟਰੋਲ ਡੀਜ਼ਲ ਤੁਸੀਂ ਦੱਸੋ ਕੀ ਗੱਲ ਹੈ ਹਰਿਆਣੇ 'ਚ ਸਸਤਾ ਕਿ ਦਿੱਲੀ 'ਚ ਸਸਤਾ ਨਹੀਂ ਪਰ ਪੰਜਾਬ 'ਚ ਇੱਕੋ ਹੀ ਰੇਟ ਹੈ ਦੇਖੋ ਇਹ ਇਹ ਸਭ ਮੀਡੀਆ ਦੀਆਂ ਬਣਾਈਆਂ ਚੀਜ਼ਾਂ ਨੇ ਅਸੀਂ ਇਹਨਾਂ ਤੇ ਯਕੀਨ ਨਹੀਂ ਕਰਦੇ ਹੁਣ ਜਿਹੜੀ ਚੀਜ਼ ਮਹਿੰਗੀ ਅੱਛਾ ਮੈਨੂੰ ਇਹ ਗੱਲ ਸਮਝ ਆਉਂਦੀ ਭੀ ਮੁੰਡੇ ਨੇ ਮੋਬਾਈਲ ਲੈਣਾ ਤਾਂ 20000 ਦਾ ਲੈ ਦੇਣਗੇ ਉਦੋਂ ਮਹਗਾਈ ਨਹੀਂ ਦਿੰਦੀ ਵੜਦੀ ਇੱਕ ਇੱਕ ਘਰ ਦੇ ਵਿੱਚ ਆ ਚਾਰ ਚਾਰ ਮੋਟਰਸਾਈਕਲ ਲਾਏ ਇਹਨਾਂ ਨੇ ਕੀ ਗੱਲੋਂ ਕਿੱਥੋਂ ਆ ਗਏ ਨਹੀਂ ਉਹ ਤਾਂ ਦੇਖੋ ਜੀ ਬੇਸਿਕ ਨੈਸੈਸਿਟੀਜ਼ ਕੁਝ ਹੋਰ ਹੁੰਦੀਆਂ ਨੇ ਨਾ ਐਕਸੈਸ ਕੁਝ ਹੋਰ ਦੇਖੋ ਬਿਵਾਰੀ ਨੈਸੈਸਿਟੀਆਂ ਹੋਰ ਹੁੰਦੀਆਂ ਨੇ ਇਹ ਨੈਸੈਸਿਟੀਆਂ ਨਹੀਂ ਹੁੰਦੀਆਂ ਵੀ ਤੁਸੀਂ ਦੋ ਦੋ ਤਿੰਨ ਤਿੰਨ ਗੱਡੀਆਂ ਰੱਖੀਆਂ ਮੁੰਡਿਆਂ ਦੀਆਂ ਮਾਰ ਆ ਤੁਸੀਂ ਗਾਉਣ ਵਾਲਿਆਂ ਦੇ ਗਾਣੇ ਸੁਣ ਲਓ ਹਾਂਜੀ ਇਹ ਚ ਕਿਤੇ ਲੱਗਦੀ ਗਰੀਬੀ ਤੁਹਾਨੂੰ ਨਹੀਂ ਪਰ ਗਾਉਣ ਨਾਲ ਕੀ ਤੁਸੀਂ ਜਿਹੜੀ ਗਰਾਊਂਡ ਰਿਐਲਿਟੀ ਤੁਸੀਂ ਮੈਨੂੰ ਕਹਿੰਦੇ ਹੋ ਦੇਖੋ ਇਹ ਗਾਣੇ ਜਿਹੜੇ ਆ ਜਿਹੜੇ ਸਿੰਗਰ ਆ ਇਹ ਐਕਸ ਆ ਇਹ ਹੀ ਤੇ ਵਿਕਾਸ ਹੈ ਪੰਜਾਬ ਦੇ ਵਿਕਾਸ ਤੇ ਜਿਹੜੇ ਮੇਰੀ ਗੱਲ ਸੁਣੋ ਜੀ ਮੈਂ ਬੇਨਤੀ ਕਰਾਂ ਅੱਜ ਤੋਂ 10 ਸਾਲ ਪਹਿਲਾਂ ਪਿੰਡਾਂ ਦੇ ਮੁੰਡਿਆਂ ਨੂੰ ਗੁੱਚੀਰ ਮੰਨੀ ਨਹੀਂ ਸੀ ਪਤਾ ਜੀ ਅੱਛਾ ਜੀ ਇਹ ਹੁਣ ਕਿੱਥੋਂ ਇਹ ਵਿਕਾਸ ਹੀ ਹੋਇਆ ਤੇ ਆਇਆ ਸਾਰਾ ਕੁਝ ਇਹ ਵੱਡੇ ਵੱਡੇ ਮਾਲ ਆਏ ਆ ਚੰਡੀਗੜ੍ਹ ਦੇਖੋ ਹੱਬ ਬਣ ਗਿਆ ਜੀ ਪੂਰੇ ਪੰਜਾਬ ਤੋਂ ਨਿਆਣਾਏ ਨੂੰ ਮੁੱਛਾ ਜਿਹਾ ਮਗਰੋਂ ਆਉਂਦੀ ਹੈ ਚੰਡੀਗੜ੍ਹ ਪਹਿਲਾਂ ਚਲੇ ਜਾਂਦੇ ਜੀ ਇਹ ਵਿਕਾਸ ਇਹ ਦੇਖੋ ਇਹ ਵਿਕਾਸ ਨਹੀਂ ਆ ਫਟੇਵਟ ਇੰਸਟੀਚੂਟ ਅਸੀਂ ਲਿਆਦੇ ਉਹਨਾਂ ਇੰਸਟੀਚੂਟਾਂ ਦੇ ਵਿੱਚ ਨਿਆਣੇ ਪੜ ਰਹੇ ਆ ਉਹ ਸਾਰੇ ਉਹਨਾਂ ਨੂੰ ਬਾਅਦ ਵਿੱਚ ਨੌਕਰੀ ਕਿੱਥੇ ਮਿਲਦੀ ਆ ਦੇਖੋ ਜੀ ਨੌਕਰੀ ਸਾਰਿਆਂ ਨੂੰ ਮਿਲਦੀ ਨੌਕਰੀ ਕਿਹਨੂੰ ਨਹੀਂ ਮਿਲਦੀ ਤੇ ਫਿਰ ਉਹ ਹਰ ਰੋਜ਼ ਜਿਹੜੇ ਧਰਨੇ ਲੱਗਦੇ ਨੇ ਪ੍ਰਦਰਸ਼ਨ ਹੁੰਦੇ ਨੇ ਟੈਂਕੀਆਂ ਤੇ ਚੜ੍ਹਦੇ ਨੇ ਨਹਿਰਾਂ ਕੋਈ ਨਹੀਂ ਉਹਨਾਂ ਨੇ ਛੱਡੀਆਂ ਉਹ ਫਿਰ ਕਾਹਦੇ ਲਈ ਦੇਖੋ ਇਹ ਸਭ ਵਿਰੋਧੀਆਂ ਦੀਆਂ ਚਾਲਾਂ ਨੇ ਸਾਨੂੰ ਬਦਨਾਮ ਕਰ ਲਈ ਤੁਸੀਂ ਬਹੁਤੀਆਂ ਗੱਲਾਂ ਨਾ ਖਲਾਓ ਮੈਂ ਉਹਨੀਆਂ ਕੀ ਕਰਨੀਆਂ ਜਿੰਨੀਆਂ ਮੈਂ ਕਰਨੀਆਂ ਚਾਹੁੰਦਾ ਓਕੇ ਉਹ ਤੁਹਾਡਾ ਉਹ ਟਾਈਮ ਨਹੀਂ ਆ ਗਾਣੇ ਗੁਣੇ ਜੀ ਕੀ ਹੋ ਗਿਆ ਜੀ ਲਾਉਣੇ ਆ ਹੁਣੇ ਉਹ ਆਦੀ ਹਾਜ਼ਰ

ਚਾਚ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਚੱਲ ਰਿਹਾ ਜੀ ਚਾਚ ਦਾ ਵਿਚਾਰ ਐਂਡ ਹਰਮਨ ਸਿੰਘ ਦੇ ਨਾਲ ਅੱਜ ਮੌਜੂਦ ਨੇ ਸਰਕਲ ਸੀਨੀਅਰ ਪ੍ਰਧਾਨ ਸੈਕਟਰੀ ਹਾਂਜੀ ਸੋ ਆਪਾਂ ਅਗਲੇ ਸਵਾਲ-ਵਾਲ ਚੱਲੀਏ ਹੋ ਚੱਲ ਪੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਮੰਨਦੇ ਹੋ ਹਾਂਜੀ ਐਂਡ ਉਸੇ ਸੂਬੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਆਉਂਦਾ ਕਸਾਨਾਂ ਦਾ ਹੁੰਦਾ ਪਿਆ ਜੀ ਜੀ ਚਾਹੇ ਤੁਸੀਂ ਇਹ ਪਿਛਲੇ ਬਰੇ ਦੀ ਗੱਲ ਕਰ ਲਓ ਚਾਹੇ ਉਦੋਂ ਪਿਛਲੇ ਬਰੇ ਦੀ ਗੱਲ ਕਰ ਲਓ ਸਭ ਤੋਂ ਵੱਧ ਕਿਸਾਨਾਂ ਨੇ ਸੁਸਾਈਡਸ ਕੀਤੀਆਂ ਜੀ ਹਰ ਰੋਜ਼ ਅਖਬਾਰ 'ਚ ਇੱਕ ਦੋ ਇੱਕ ਦੋ ਇੱਕ ਦੋ ਇਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਥੋੜੀ ਮੈਂ ਬੇਨਤੀ ਕਰਾਂ ਬਾਦਲ ਸਾਹਿਬ ਨੇ ਇਹਦੇ ਲਈ ਮੁਆਵਜ਼ਾ ਸ਼ੁਰੂ ਕੀਤਾ 2 ਲੱਖ ਦੀ بجائے 3 ਲੱਖ ਹੀ ਮੁਆਵਜ਼ਾ ਕਰਤਾ ਇਹਦਾ ਮਤਲਬ ਤੁਸੀਂ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹੋ ਕਿ ਮਤਲਬ ਤੁਸੀਂ ਇਸ ਖੁਦਕੁਸ਼ੀ ਕਰਨ ਵਾਲੇ ਬਣੋ ਦੇਖੋ ਜੀ ਬਾਈ ਆ ਆ ਤੁਸੀਂ ਸਾਡੇ ਨਾਲ ਨੂੰ ਵਾਲਾ ਪਾਉਨੇ ਆ ਨਹੀਂ ਪਰ ਅਸੀਂ ਅਸੀਂ ਗੱਲ ਕਰਦੇ ਵੀ ਅਸੀਂ ਮਤ ਕਰ ਰਹੇ ਆ ਹਾਂਜੀ 8000 ਰੁਪਏ ਤੱਕ ਅਹੀਂ ਜੇ ਕਿਹਦਾ ਮੰਨੋ ਨੁਕਸਾਨ ਹੋ ਜਾਂਦਾ ਤੇ ਅਸੀਂ ਜਿਹੜਾ ਮੁਆਵਜ਼ਾ ਦਿੰਨੇ ਆ ਆ ਜਿਹੜਾ ਝੜਵਾਲੇ ਰੌਲਾ ਪਾਇਆ ਜੀ ਦਿੱਲੀ ਦੇ ਵਿੱਚ 20000 ਰੁਪਏ ਦਿੰਨੇ ਮੈਨੂੰ ਇਹ ਦੱਸੋ ਦਿੱਲੀ ਤੁਸੀਂ ਕਿੱਥੇ ਚੋਨਾ ਲਗਾ ਵੇਖਿਆ ਨਹੀਂ ਸਰ ਪਰ ਆਹ ਗੱਲ ਕਰਦੇ ਜੇ ਇਹ ਦੇਖੋ ਕਹਿਣ ਦੀਆਂ ਗੱਲਾਂ ਹੁੰਦੀਆਂ ਪਿਛਲੇ 17 ਸਾਲਾਂ ਤੱਕ ਜੋ ਕੁਝ ਵੀ ਪੰਜਾਬ ਚ ਹੋਇਆ ਉਹਨੂੰ ਅਸੀਂ ਉਹਨੂੰ ਬਦਲ ਰਹੇ ਆਂ ਪਰ ਹੁਣ ਕਿਸਾਨਾਂ ਦੀ ਤੁਸੀਂ ਗੱਲ ਕਰ ਲਓ ਕਿਸਾਨਾਂ ਦੀ ਸੁਆਮੀ ਨਾਥਨ ਰਿਪੋਰਟ ਹੈ ਮੈਂ ਉਸੇ ਤੇ ਹੋਣ ਲੱਗੀ ਹਾਂ ਹਾਂ ਕਿਉਂਕਿ ਤੁਸੀਂ ਕਿੰਨੇ ਸਾਲ ਰਾਜ ਕਰ ਗਈ ਜੀ ਕਦੋਂ ਦੀ ਰਿਪੋਰਟ ਇਹਨਾਂ ਦੱਬ ਕੇ ਰੱਖੀ ਹੈ ਜੀ ਇਹ ਲਾਗੂ ਨਹੀਂ ਕਰਨ ਦਾ ਤੇ ਤੁਸੀਂ ਕਿਹੜਾ ਕਰਤੀ ਦੇਖੋ ਜੀ ਇਹ ਥੋੜਾ ਲਾਗੂ ਕਰਨੇ ਸੈਂਟਰ ਦੀ ਸਰਕਾਰ ਨੇ ਲਾਗੂ ਕਰਨੀ ਓ ਇਹ ਸਾਡੇ ਹੱਥੋਂ ਹੁੰਦਾ ਇਸ ਸਵੇਰੇ ਕਰਦਣੇ ਪਰ ਜਿੱਥੋਂ ਤੱਕ ਉਹ ਤਾਂ ਸੈਂਟਰ ਦੀ ਸਰਕਾਰ ਦਾ ਕੰਮ ਆ ਮੈਡਮ ਜੀ ਸੈਂਟਰ ਸਰਕਾਰ ਵੀ ਤਾਂ ਥੋੜੀ ਭਾਈਵਾਲ ਪਾਰਟੀ ਦੀ ਹੈ ਕੋਈ ਸੈਂਟਰ ਸਰਕਾਰ ਸਾਡੀ ਭਾਈਵਾਲ ਪਾਰਟੀ ਦੀ ਬਣੀ ਨੂੰ ਅਜੇ ਲੈ ਦੇ ਕੇ 2 ਸਾਲ ਹੋਏ ਤੇ ਦੋਆਂ ਸਾਲਾਂ ਚ ਬਹੁਤ ਕੁਝ ਹੋ ਸਕਦਾ ਹੈ ਕਿੱਦਾਂ ਹੋ ਸਕਦਾ ਹੈ 1.5 ਸਾਲ ਤਾਂ ਮੋਦੀ ਸਾਹਿਬ ਇੰਡੀਆ ਚ ਨਹੀਂ ਨਾ ਰਹੇ ਜੀ ਦੇਖੋ ਆਫਟਰ ਆਲ ਦੇਸ਼ ਦੇ ਪ੍ਰਧਾਨ ਮੰਤਰੀ ਆਉ ਨਾ ਮੁਲਕਾਂ ਚ ਜਾਣਾ ਕਈਆਂ ਚ ਪਾਕਿਸਤਾਨ ਪਾਕਿਸਤਾਨ ਪਤਾ ਨਹੀਂ ਕਿਹੜਾ ਕਿਹੜਾ ਸਥਾਨ ਫੇ ਜੋ ਸਾਰੇ ਸਥਾਨ ਉਹਨਾਂ ਘੁੰਮ ਲੈ 1.5 ਸਾਲ ਤੱਕ ਉੱਤੇ ਲੱਗ ਨਹੀਂ ਪਰ ਨਾ ਦੇ ਧਿਆਨ ਕੇ ਜਦੋਂ 6 ਮਹੀਨੇ ਸੀਗੇ ਉਹਨਾਂ ਚਾ ਪੈਸੇ ਜਾਂਦਾ ਪੰਗਾ ਪਾਇਆ ਤਾਂ ਮੈਂ ਤੇ ਆਪਕੇ ਜਿਨਾ ਪੁੱਛਦਾ ਨਾ ਵੀ ਇਹ ਕੰਮ ਕੁੱਝ ਫੋਟੋ ਤੋਂ ਬਾਅਦ ਕਰ ਲੈਂਦੇ ਓਕੇ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਲੱਭਣ ਦੇ ਸਾਨੂੰ ਲੋਕਾਂ ਨੂੰ ਨੋਟ ਨਹੀਂ ਲੱਭਣ ਦਾ ਨਹੀਂ ਪਰ ਚਲੋ ਸਾਡੀ ਭਾਈਵਾਲ ਪਾਰਟੀ ਆ ਵੀ ਹੁਣ ਸਾਨੂੰ ਬਲ ਸਾਹਿਬ ਨੇ ਕਿਹਾ ਹੈ ਨਹੀਂ ਕੁਝ ਬੋਲਦੇ ਪਰ ਕੰਮ ਤਾਂ ਕੋ ਠੀਕ ਨਹੀਂ ਨਹੀਂ ਤੁਸੀਂ ਮੇਰੇ ਨਾਲ ਰੋਏ ਤੇ ਦੱਸੋ ਕਿ ਨਹੀਂ ਨਹੀਂ ਆਫ ਕਾ ਉਸ ਤੁਸੀਂ ਭਾਂਜੀ ਆਪ ਤਾਂ ਕੋ ਹੋਏ ਨੇ ਤੁਹਾਡੇ ਰਿਸ਼ਤਾਰ ਵੀ ਮੱਲੋ ਮੇਰਾ ਖਾ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਰ ਚਲੋ ਇਹ ਵੀ ਤਾਂ ਸਾਰਾ ਕੁਝ ਪ੍ਰਸ਼ਟਾਚਾਰ ਰੋਕਣ ਦੇ ਲਈ ਬਿਲਕੁਲ ਜੋ ਵੀ ਉਹੀ ਕਰ ਸਾਡੀ ਸਰਕਾਰ ਕਰ ਰਹੀ ਜੀ ਸਾਡੀ ਭਾਜਪਾ ਵਾਲੀ ਪਾਰਟੀ ਨੇ ਕੀਤਾ ਵੇਖੋ ਮੈਂ ਤਾਂ ਤੁਸੀਂ ਉਹਨਾਂ ਨਿੰਦ ਰਹੇ ਸੀ ਮੈਂ ਦੇਖੋ ਜੀ ਇਹ ਸਾਰਾ ਕਾਲੇ ਧੰਦੇ ਕਾਂਗਰਸ ਸਰਕਾਰ ਨੇ ਨਹੀਂ ਕੀਤਾ ਸਾਡੀ ਭਾਜਪਾ ਵਾਲੀ ਪਾਰਟੀ ਨੇ ਕੀਤਾ ਕਮਾਲ ਹੈ ਮੋਦੀ ਸਾਹਿਬ ਨੇ ਆ ਕੇ ਕੀਤਾ ਮੰਨਦੇ ਹੋ ਕਿ ਨਹੀਂ ਮੈਂ ਹੋਰ ਤੁਹਾਡੇ ਮੂੰਹ ਨਿਕਲਿਆ ਤੁਸੀਂ ਸਾਨੂੰ ਭੰਡਣ ਲੱਗਿਆ 3600 ਹੋਣੇ ਤੁਸੀਂ ਵੀਡੀਓ ਬਣਾ ਕੇ ਜਰਾ ਆ ਸਾਡੀ ਤਾਰੀਫ ਵਾਲ ਮਾਈ ਗੱਲ ਕਮਾਂ ਕਰਦੇ ਤੁਸੀਂ ਆ ਗਲਾਉ ਕੋ ਗਾਣਾ ਗੁਣਾ ਜਾ ਵੇਖੀ ਤੂੰ ਆ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਰ ਤੁਹਾਡਾ ਵੀ ਵੈਲਕਮ ਹੈ ਆਪਾਂ ਹੁਣ ਅੱਗੇ ਆਪਣੀਆਂ ਗੱਲਾਂ ਨੂੰ ਤੋੜਦੇ ਆ ਹਾਂਜੀ ਹਾਂਜੀ ਇਸ ਵੇਲੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਤਾਂ ਪੰਜਾਬ ਸਭ ਤੋਂ ਵੱਧ ਜਿਹੜੀ ਚੀਜ਼ ਲਈ ਬਦਨਾਮ ਹੈ ਉਹ ਹੈ ਜੀ ਨਸ਼ਾ ਤੂੰ ਕੀ ਕਹਤਾ ਈ ਅਸੀਂ ਕਿਵੇਂ ਕੀ ਇਹ ਮੀਡੀਆ ਕਰਦਾ ਜੀ ਭੰਡੀ ਪ੍ਰਚਾਰ ਤੁਸੀਂ ਦੇਖੋ ਜਿੰਨੇ ਚੈਨਲ ਸਭ ਕਾਉ ਨਹੀਂ ਸਰ ਪਰ ਸਾਨੂੰ ਬਦਨਾਮ ਕਰਕੇ ਰੱਖਿਆ ਜੀ ਮੈਨੂੰ ਇਹ ਨਹੀਂ ਸਮਝ ਆਉਂਦੇ ਬਲਸਾ ਬਾਰ-ਬਾਰ ਕਹਿੰਦੇ ਆ ਵੀ ਇਹ ਬਦਨਾਮ ਤੁਸੀਂ ਪੰਜਾਬ ਨੂੰ ਨਹੀਂ ਕਰ ਰਹੇ ਆਪਣੇ ਆਪ ਨੂੰ ਕਰ ਰਹੇ ਆਪਣੇ ਧੀਆਂ ਪੁੱਤਾਂ ਨੂੰ ਕਰ ਰਹੇ ਆਪ ਨਹੀਂ ਪਰ ਇੱਕ ਚੈਨਲ ਤਾਂ ਇਹੋ ਜਿਹਾ ਜਿਹੜਾ ਹਮੇਸ਼ਾ ਹੀ ਤਾਰੀਫ ਕਰਦਾ ਦੇਖੋ ਜੀ ਕੋਈ ਤਾਂ ਸਾਡੇ ਅੱਗੇ ਬੋਲੂਗਾ ਜੀ ਅਗਲੇ ਸਵੇਰੇ ਸ਼ਾਮ ਗੁਰਬਾਣੀ ਵਿਖਾਉਂਦੇ ਆ ਉਹਨਾਂ ਨੂੰ ਕੋਈ ਤਾਂ ਡਰ ਭੈ ਰੱਬ ਦਾ ਹੈਗਾ ਹੁਣ ਤੁਸੀਂ ਤਾਂ ਲਾ ਸਾਰੇ ਨੇ ਓਕੇ ਪਰ ਨਹੀਂ ਮਤਲਬ ਪੰਜਾਬ ਚ ਨਸ਼ਾ ਮੈਨੂੰ ਇਹ ਨਹੀਂ ਸਮਝ ਆਉਂਦੀ ਕੀ ਗੱਲ ਲੋਕ ਇਹ ਤੋਂ ਪਹਿਲਾਂ ਸ਼ਰਾਬ ਨਹੀਂ ਪੀਂਦੇ ਜਾਂ ਕੋਈ ਹੋਰ ਨਹੀਂ ਖਾਂਦੇ ਪੀਂਦੇ ਸਰ ਇੱਥੇ ਕੱਲੀ ਸ਼ਰਾਬ ਦੀ ਗੱਲ ਨਹੀਂ ਹੈ ਦੇਖੋ ਜੇ ਬਾਕੀ ਇੱਕ ਮਿੰਟ ਮੈਂ ਬੇਨਤੀ ਕਰਾਂ ਬੀਬਾ ਜੀ ਕਿ ਜੇ ਬਾਕੀ ਚੀਜ਼ਾਂ ਜੇ ਤਰੱਕੀ ਹੋਊਗੀ ਤਾਂ ਨਸ਼ਾ ਵੀ ਤਰੱਕੀ ਹੋਊਗੀ ਨਹੀਂ ਪਰ ਨਸ਼ੇ ਹੁਣ ਵਾਨਸ ਵਾਨੇ ਦੇਖੋ ਜੇ ਆਗੇ ਤੇ ਆਗੇ ਉਹਦੇ ਚ ਹੁਣ ਅਸੀਂ ਕੀ ਕਰ ਸਕਦੇ ਦੇਖੋ ਅਸੀਂ ਸਿਰਫ ਰੋਕ ਰਹੇ ਆ ਇਹ ਸਿਰਫ ਲੰਘਾ ਮੈਂ ਬੇਨਤੀ ਕਰਾਂ ਜੀ ਇਹ ਇਹ ਤੁਸੀਂ ਕਹਿੰਦੇ ਆ ਵੀ ਆ ਫਲਾਨੀ ਚੀਜ਼ ਇਦਾਂ ਢੇਗੜੀ ਚ ਜਾਂਦਾ ਜਿਹੜੇ ਬੰਦੇ ਦਾ ਮਨ ਸਾਫਾ ਜੀ ਉਹਨੇ ਉਹ ਪਾਸੇ ਜਾਣਾ ਨੇ ਸਰ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇਵੋਗੇ ਤੁਸੀਂ ਤੁਸੀਂ ਬਾਰ ਬਾਰ ਤੁਹਾਡੀ ਪਾਰਟੀ ਵੱਲੋਂ ਵੀ ਤੁਹਾਡੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਿਰਫ ਇੱਕ ਲੰਗਾ ਹੈ ਨਸ਼ੇ ਦਾ ਐਂਡ ਦੈਟਸ ਵਾਈ ਉਥੋਂ ਨੱਗਦੇ ਆ ਕਿਤੇ ਕੋਈ ਇੱਕ ਅੱਧਾ ਪੈਕੇਟ ਬੁਗੜੇ ਗੈਂਦਾ ਹੁੰਦਾ ਨਾ ਜੋ ਵੀ ਹੈ ਮਤਲਬ ਕੋਈ ਗੱਲ ਹੈ ਮੇਰੀ ਗੱਲ ਸਮਝੋ ਜੀ ਲੰਘਾ ਤੇ ਉਹ ਲੰਘੇ ਨੂੰ ਫੜਨ ਦੇ ਲਈ ਉਹਦੇ ਉਹ ਸੈਟਰ ਸਰਕਾਰ ਦੀ ਡਿਊਟੀ ਹੈ ਕਿਉਂਕਿ ਬਾਰਡਰ ਦੇ ਨਾਲ ਸਾਡਾ ਕੋਈ ਲਿੰਕ ਹੀ ਨਹੀਂ ਹੈਗਾ ਸਰ ਪਰ ਅਹੀਂ ਹੁਣ ਤੁਸੀਂ ਜਾਣੇ ਵੀ ਅਹੀਂ ਮਤਲਬ ਜੇ ਤਾਂ ਬਲਸਾਹਬ ਸਾਨੂੰ ਕਹੇ ਕਿ ਅਸੀਂ ਡਾਂਗਾ ਫੜੇ ਖਲੋ ਜੇ ਬਾਰਡਰ ਤੇ ਨਹੀਂ ਮੈਂ ਉਹ ਨਹੀਂ ਕਹਿੰਦੀ ਪਰ ਪੰਜਾਬ ਜੇ ਲੰਘਾ ਹੈ ਤਾਂ ਲੰਘ ਕੇ ਨਸ਼ਾ ਜਾਂਦਾ ਕਿੱਥੇ ਉਹ ਤਾਂ ਐ ਲੱਗਦਾ ਵੀ ਸਾਰੇ ਨਸ਼ਾ ਹੁਟੇਰੀ ਚ ਜਾਂਦਾ ਇਹ ਸਭ ਕਹਿਣ ਦੀਆਂ ਗੱਲਾਂ ਨੇ ਇਹ ਬਹੁਤ ਜਾਂਦਾ ਵੀ ਬਾਈ ਤੁਸੀਂ ਇਹ ਜਿਹੜੀਆਂ ਧੂੜੀਆਂ ਬਹੁਤ ਸਾਨੂੰ ਬਦਨਾਮ ਦੱਸੋ ਤੁਹਾਨੂੰ ਕਦੀ ਵਿਆਹ ਦਾ ਕਾਰਡ ਆਇਆ ਜੀ ਹੌਫਕੋਰਸ ਹੁਣ ਵਿਆਹ ਦਾ ਕਾਰਡ ਆਇਆ ਅਗਲੇ ਉੱਥੇ ਮੁਰਗ ਮੁਸੱਲਮ 36 ਪਦਾਰਥ ਬਣਾਉਣੇ ਨਾਰਮਲ ਸ਼ਰਾਬ ਪੀਣੀ ਅਗਲੇ ਹੁਣ ਜਿਹੜੇ ਬੰਦੇ ਨੇ ਪੀਣੀ ਆ ਜੀ ਉਹਨੇ ਪੀਣੀ ਪੀਣੀ ਹੌਫਕੋਰਸ ਤੁਸੀਂ ਇਹ ਵੀ ਵੇਖਿਆ ਜਿਹੜਾ ਬੈਸ਼ ਨੂੰ ਬੰਦਾ ਭਾਵੇਂ ਉੱਥੇ ਸਾਰੇ ਵਿਆਹ ਦੇ ਵਿੱਚ ਸ਼ਰਾਬ ਹੋਵੇ ਅਗਲਾ ਬੰਦਾ ਨੁਕਰ ਤੇ ਬਹਿ ਕੇ ਆਪਣੀਆਂ ਦੋ ਟਿੱਕੀਆਂ ਦੋ ਦਾਲਣਾ ਫੁਲਕੇ ਖਾ ਕੇ ਘਰੋ ਘਰੀ ਚਲੇ ਜਾਂਦਾ ਹਾਂਜੀ ਹੁਣ ਜਿਹਨੇ ਡਿੱਗ ਕੇ ਜਾਣਾ ਉਹਨੇ ਰਾਤ ਨੂੰ 9 ਵਜੇ ਡਿੱਗਦੇ ਢਿੰਦੇ ਜਾਣਾ ਨਾਲੇ ਅਗਲੇ ਬੁੜੀਆਂ ਤਾਂਕ ਹੁੰਦੀਆਂ ਵੀ ਹਾਂ ਭਈਏ ਉਥੋਂ ਰੱਜ ਕੇ ਆਗ ਹੁਣ ਜਿਹੜਾ ਬੰਦਾ ਵੈਸ਼ਨੂ ਨੂੰ ਪਤਾ ਵੀ ਮੈਂ 4 ਵਜੇ ਜਾ ਕੇ ਪੱਠੇ ਵੀ ਕੁੱਤਰਨਾ ਮੈਂ ਡਕਰ ਨੂੰ ਪਾਣੀ ਢਾਉਣਾ ਮੈਂ ਆਪਣਾ ਘਰ ਬਾਬਰ ਚਲਾਉਣਾ ਜਿਹੜਾ ਮਤਲਬ ਜਿਹੜਾ ਬੰਦਾ ਸਿਆਣਾ ਉਹਨੇ ਸਿਆਣੇ ਦੇ ਸਿਆਣੇ ਰਹਿਣਾ ਸਰ ਪਰ ਤੁਸੀਂ ਮੇਰੀ ਗੱਲ ਹੋਰ ਬੰਨਨੀ ਦੇਖੋ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਵੀ ਨਸ਼ਾ ਤੁਸੀਂ ਹੁਣ ਜੇ ਵਿਆਹ ਚ ਨਸ਼ਾ ਹੈ ਉਹਦੇ ਚ ਵੀ ਵੈਸ਼ਨੂ ਬੰਦੇ ਨਿਕਲੇ ਇਹਦਾ ਮਤਲਬ ਇਹ ਥੋੜਾ ਤੁਸੀਂ ਜੇ ਮੰਨ ਲਓ ਵੈਸ਼ਨੂ ਪਤਾ ਘਰੇ ਚਲ ਗਿਆ ਦੂਜਾ ਦਾਰੂ ਪੀ ਕੇ ਆ ਕੇ ਤੁਸੀਂ ਨੰਬਰਦਾਨ ਦਾ ਵਿਆਹ ਬਦਨਾਮ ਕਰ ਦੋਗੇ ਦੇਖੋ ਮੈਂ ਮੇਰੀ ਗੱਲ ਸੁਣੋ ਤੁਸੀਂ ਯਾਰ ਤੁਸੀਂ ਕਰੋ ਵੀ ਮੇਰੀ ਗੱਲ ਝੂਠ ਹੈ ਵੀ ਸ਼ਰਾਬ ਜਿਹੜਾ ਤਾਂ ਉਸ ਨੂੰ ਬੰਦਾ ਘਰੇ ਗਿਆ ਕਿ ਨਹੀਂ ਗਿਆ ਪਰ ਮੇਰਾ ਸਵਾਲ ਤਾਂ ਕੁਝ ਹੋ ਦੇਖੋ ਵੈਸ਼ ਨੂੰ ਬੰਦਾ ਘਰੇ ਗਿਆ ਕਿ ਨਹੀਂ ਗਿਆ ਵੈਸ਼ ਨੂੰ ਬੰਦਾ ਤਾਂ ਘਰੇ ਚੱਲ ਗਿਆ ਪਰ ਦੇਖੋ ਵੈਸ਼ ਨੂੰ ਬੰਦਾ ਜੋ ਘਰੇ ਚੱਲ ਗਿਆ ਉਹਦੇ ਚ ਰੌਲਾ ਹੀ ਕੋਈ ਨਹੀਂ ਮੋਗਿਆ ਪਰ ਵੇਲਾ ਦਿਮਾਗ ਹਮੇਸ਼ਾ ਸ਼ੈਤਾਨ ਦਾ ਕਰਦਾ ਹੈ ਹੁਣ ਮੈਂ ਇਕੱਲੇ ਇਕੱਲੇ ਦਿਮਾਗ ਚ ਬੰਦਿਆ ਸਾਡੀ ਪਾਰਟੀ ਮਰਜੀ ਜੀ ਜਾਂ ਹੀ ਇਕੱਲੇ ਇਕੱਲੇ ਹੱਥੋਂ ਗਲਾਸੀਆਂ ਖੁੰਦੇ ਫਿਰਿਓ ਉੱਥੇ ਦੇਖੋ ਸ਼ਰਾਬ ਤੇ ਕਿਉਂ ਹੁੰਦੇ ਅਸੀਂ ਤੁਹਾਨੂੰ ਨਸ਼ੇ ਦੀ ਗੱਲ ਦੱਸ ਰਹੇ ਹਾਂ ਜੀ ਬੀਬੀ ਇਹ ਇਹ ਦੀ ਬਦਨਾਮ ਕਰਨ ਦੀ ਗੱਲ ਤੁਸੀਂ ਜੇ ਮਰਜ਼ੀ ਕਰੀ ਜਾਓ ਨਹੀਂ ਪਰ ਤੁਸੀਂ ਹੋਰ ਇੱਥੇ ਗੱਲਾਂ ਕਰੋ ਬਸ ਜੀ ਜਿਹੜੀ ਆਪਣਾ ਤੁਹਾਨੂੰ ਮੈਂ ਤਰਕ ਦਿਆਂ ਹੈ ਮੈਂ ਦੇਤਾ ਜੀ ਵੀ ਜਿਹੜੇ ਬੰਦੇ ਨੇ ਕਰਨਾ ਉਹ ਮੈਂ ਕਰ ਲੈਣਾ ਜੀ ਅਹੀਂ ਕੋਈ ਰੋਕ ਰੋਖ ਸਾਡੇ ਨੂੰ ਬਿਲਕੁਲ ਆ ਤੂੰ ਤੁਸੀਂ ਬੰਦਨਾਮ ਕਰੀ ਜਾਂਦੇ ਆ ਵੀ ਕੱਬ ਦਿੱਲੀ ਦਾ ਖੜ ਕਿਤੇ ਹੋਰ ਨਸ਼ਾ ਨਹੀਂ ਹੈਗਾ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਤੋ ਆ ਤੋ ਤੁਸੀਂ ਤੁਹਾਡੀ ਉਮਰ ਤੋਂ ਪਹਿਲਾਂ ਦੀਆਂ ਫਿਲਮਾਂ ਬਣਦੀਆਂ ਆ ਆ ਜਿਹੜੀਆਂ ਹਿੰਦੀ ਫਿਲਮਾਂ ਸੀ ਉਹਦੇ ਚੋਂ ਪਤਾ ਨਹੀਂ ਰਾਕਾ ਰੋਕਾ ਫਲਾਣਾ ਸਮੁੰਦਰ ਚੋਂ ਇਹ ਆ ਗਿਆ ਸਮਾਨ ਮਾਲ ਆ ਗਿਆ ਇਹ ਤੇ ਉਦੋਂ ਦਾ ਮੁੰਡੇ ਸਾਰੇ ਕੋ ਸਰ ਇਹ ਨਾ ਸਾਡਾ ਇਹ ਉਹ ਜੇ ਸਿੱਕੋ ਫਿਲਮ ਸੀ ਇਹ ਪੰਜਾਬ ਦਾ ਜੇ 1780 ਦੇ ਵਿੱਚ ਫਿਲਮਾਂ ਬਣ ਸਕਦੀਆਂ ਉਦੋਂ ਉਹ ਤਾਂ ਫਿਲਮਾਂ ਬਣੀਆਂ ਜੀ ਪਰ ਬੰਦੇ ਦੀ ਪਹੁੰਚ ਵੀ ਤਾਂ ਜਿਹੜੀ ਨਸ਼ੇ ਦੀ ਪਹੁੰਚ ਆਉਂਦੀ ਤਾਂ ਬੰਦੇ ਤਾਂ ਹੀ ਬੱਧੀ ਆ ਨਾ ਅਸੀਂ ਅਸੀਂ ਸਿਰਫ ਗੱਲ ਕਰਦੇ ਆ ਜੀ ਅਸੀਂ ਤੁਹਾਨੂੰ ਧਾਰਨਾ ਦੇਤੀ ਆ ਬਾਕੀ ਤੁਸੀਂ ਬਦਨਾਮ ਕਰਨਾ ਪੰਜਾਬ ਨੂੰ ਕਰ ਰਹੇ ਸਾਡਾ ਕੁਝ ਨਹੀਂ ਜਾਣੀ ਇਹ ਤੁਹਾਨੂੰ ਮਾਰ ਮੈਂ ਬੇਨਤੀ ਕਰਦਾ ਆ ਆ ਦੀ ਹਾਜ਼ਰ ਹੈ ਚੰਚ ਦਾ ਵੀ ਚਾਹ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ ਕੁਝ ਪ੍ਰਦੇਸ਼ ਤੇ ਕੁਝ ਵਿਦੇਸ਼ ਤੇ ਕੁਝ ਇਤਿਹਾਸ ਤੇ ਕੁਝ ਮਿਥਿਹਾਸ ਤੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਆ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਤੁਹਾਡੀ ਹਾਜ਼ਰੀ ਜਾਂਚਦਾ ਵਿੱਚ ਆ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਵਿਕਾਸ ਵਾਲੀ ਚੱਲੀ ਜਿਹੜੀ ਨੇਰੀ ਹੈ ਉਹਦੇ ਬਾਰੇ ਚ ਸਾਨੂੰ ਜਾਣੂ ਕਰਾ ਰਹੇ ਨੇ ਸਰ ਸੋ ਉਹਦੇ ਚ ਵਿਕਾਸ ਦਾ ਇੱਕ ਹਿੱਸਾ ਜਿਹੜਾ ਪੰਜਾਬ ਸਰਕਾਰ ਹੁਣ ਤਾਈ ਮਾਨਦੀ ਆ ਰਹੀ ਹੈ ਉਹ ਹੈ ਜੀ ਤੁਹਾਡੀਆਂ ਪਾਣੀ ਵਾਲੀਆਂ ਬੱਸਾਂ ਹਾਂਜੀ ਮੈਂ ਮੈਨੂੰ ਸਮਝ ਨਹੀਂ ਆਈ ਵੀ ਪਾਣੀ ਵਾਲੀਆਂ ਬੱਸਾਂ ਵੀ ਠੀਕ ਹੈ ਮਤਲਬ ਹੋਰ ਜਿਹੜੀਆਂ ਥਾਵਾਂ ਤੇ ਚੱਲਦੀਆਂ ਉਹ ਟ੍ਰਾਂਸਪੋਰਟੇਸ਼ਨ ਦੇ ਕੰਮ ਆਉਂਦੀਆਂ ਨੇ ਪਰ ਆਹ ਜਿਹੜੀ ਹਰੀ ਕੇ ਬੱਸ ਚੱਲੀ ਐ ਮਤਲਬ ਇੱਕ ਵਾਰ ਵਿੱਚ ਜਾਂਦੀ ਐ ਪਾਣੀ ਦੇ ਐਂਡ ਉਸ ਤੋਂ ਬਾਅਦ ਸਿਰਫ ਇੱਕ ਢੇੜਾ ਲਾ ਕੇ ਬਾਹਰ ਕਰੋੜਾਂ ਰੁਪਈਆ ਸਰਕਾਰ ਨੇ ਉੱਤੇ ਲਾ ਦਿੱਤਾ ਐਂਡ ਆਫਟਰ 댓 ਉਹ ਬੱਸ ਵੀ ਉੱਥੇ ਡੱਕੀ ਹੋਈ ਐ ਹੁਣ ਉਹਦੀ ਕੋਈ ਹੁੰਦ ਨਹੀਂ ਹੈਗੀ ਇੱਕ ਹਿਸਾਬ ਦੇ ਨਾਲ ਉਹਦੇ ਬਾਰੇ ਵਿੱਚ ਕੀ ਕਹਿੰਦੇ ਹੋ ਤੁਸੀਂ ਮਤਲਬ ਕਰੋੜਾਂ ਰੁਪਈਆ ਉਹਦੇ ਉੱਪਰ ਵੇਸਟ ਹੋ ਗਿਆ ਸਰ ਇਹ ਦੇਖੋ ਜੀ ਇਹ ਸਾਰਾ ਤੇ ਸਾਰਾ ਜਿਹੜਾ ਕਸੂਰ ਹੈ ਵਿਰੋਧੀ ਧਿਰ ਦਾ ਵਿਰੋਧੀ ਧਿਰ ਨੇ ਥੋੜੀ ਬੱਸ ਬਣਾਈ ਐ ਇਹ ਝਾੜੂ ਵਾਲੇ ਲਾ ਲਓ ਇਹ ਕਾਂਗਰਸ ਵਾਲੇ ਇਹਨਾਂ ਨੇ ਮੂੰਹ ਚ ਜ਼ੁਬਾਨ ਹੀ ਨਹੀਂ ਪਾਈ ਓਨੀ ਦੇਰ ਤੱਕ ਓਨੀ ਦੇਰ ਤੱਕ ਪਾਣੀ ਵਾਲੀ ਬੱਸ ਬਾਲਸਰਵ ਨਹੀਂ ਚਲਾਈ ਨਹੀਂ ਪਰ ਉਹ ਉਹ ਬਿਆਨ ਵੀ ਤਾਂ ਬਾਦਲ ਸਾਹਿਬ ਨੇ ਦਿੱਤਾ ਸੀ ਨਾ ਦੇਖੋ ਮੈਂ ਉਹੀ ਤੁਹਾਨੂੰ ਬੇਨਤੀ ਕਰ ਰਿਹਾ ਜੇ ਬਾਲ ਸਾਹਿਬ ਨੇ ਬਿਆਨ ਦਿੱਤਾ ਹੈ ਠੀਕ ਹੈ ਗੱਲ ਹੋ ਗਈ ਹੁਣ ਤੁਸੀਂ ਗੱਲਾਂ ਨੂੰ ਇਦਾਂ ਚੱਕੋਗੇ ਵੀ ਅਗਲਾ ਬੰਦਾ ਈਕੋ ਤੇ ਲੈ ਜਾ ਅੱਛਾ ਦੇਖੋ ਜੀ ਇਹ ਗਾਣਾ ਵੀ ਤੁਹਾਨੂੰ ਸੁਣਿਆ ਹੋਣਾ ਕੀ ਸੀ ਗਾਣਾ ਹੁਣ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਕੋ ਮਾਰ ਹਾਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਹੁਣ ਈਕੋ ਨੇ ਮਾਰਿਆ ਜੀ ਦਰਅਸਲ ਨੁਕਸਾਨ ਕੇ ਤਾਂ ਪੰਜਾਬ ਦੇ ਖਜ਼ਾਨੇ ਦਾ ਆ ਜੀ ਅੱਛਾ ਉਹੀ ਤੁਹਾਨੂੰ ਕਹਿ ਰਿਹਾ ਵੀ ਨਾ ਹੋ ਵੀ ਅਗਲਾ ਬੰਦਾ ਹੁਣ ਉਹਨੇ ਕਹਿਦਾ ਵੀ ਠੀਕ ਆ ਫਿਰ ਇੱਕ ਰੋੜਾ ਚਲਾਉਣੀ ਆ ਭਾਵੇਂ ਇੱਕ ਦਿਨ ਹੀ ਚੱਲੇ ਅਫਤਲਾ ਇਹ ਇਹ ਅਗਲੇ ਨੇ ਫੇਚ ਲਾ ਕੇ ਚਲਾ ਦੇਵੇ ਉਧਰ ਦਾ ਘੱਟੋ ਘੱਟ ਕੋ ਬੋਲਿਆ ਤਰੀ ਨਾ ਜੀ ਬੋਲਿਆ ਬੋਲਿਆ ਇਹ ਦੇਖੋ ਸੇਖੋ ਗੱਲ ਪਤਾ ਕੀ ਦੇਖੋ ਅਸੀਂ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਕਸੂਰਵਾਰ ਗਿਣਦੇ ਆ ਵਿਰੋਧੀ ਪਾਰਟੀ ਨੇ ਵੀ ਉਹਨਾਂ ਗਿਣਦੇ ਜਿਨ੍ਹਾਂ ਨੇ ਇਹ ਸਾਰਾ ਮੁੱਦਾ ਚੁੱਕਿਆ ਨਹੀਂ ਪਰ ਅਲਟੀਮੇਟਲੀ ਇਹ ਮੁੱਦਾ ਨਾ ਰੱਖਦੇ ਦੇਖੋ ਜੀ ਬੱਸ ਢੱਕੀ ਜਾਣੀ ਸੀ ਬੱਸ ਨੂੰ ਅਸੀਂ ਕੀ ਕਰ ਦਿਓ ਨਹੀਂ ਪਰ ਹੁਣ ਉਹ ਬੰਦ ਪਈ ਆ ਉਹਦਾ ਕੋਈ ਕੰਮ ਨਹੀਂ ਕਰੋੜਾ ਰੁਪਈਆ ਵੇਸਟ ਹੋ ਗਿਆ ਉਹਦੇ ਇਦਾਂ ਦੇ ਕਰੋੜਾ ਰੁਪਈਆ ਕਈ ਥਾਵਾਂ ਤੇ ਲੱਗੇ ਕਿਤੇ ਇਕੱਲੀ ਬੱਸ ਤੇ ਲੱਗੇ ਇਹ ਤੂੰ ਪਹਿਲਾਂ 70 ਸਾਲ ਪਹਿਲਾਂ ਕਈ 3600 ਸਰ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਨੀ ਪੱਥਰ ਰੱਖਿਆ ਉੱਥੇ ਲੋ ਬੁੜੀਆਂ ਪਾਥੀਆਂ ਪੱਥਦੀਆਂ ਸਰ ਪਰ ਨੀ ਪੱਥਰ ਤਾਂ ਤੁਹਾਡੀ ਤੁਹਾਡੀ ਜਿਹੜੀ ਪਾਰਟੀ ਆ ਉਹਦੇ ਵੱਲੋਂ ਵੀ ਰੱਖੇ ਗਏ ਆ ਤਾਂ ਰੱਖੇ ਗਏ ਤੇ ਰੱਖੇ ਗਏ ਨਾ ਕੀ ਕਰੀਏ ਹੁਣ ਇਸ ਵੇਲੇ ਸਵਾਈ گاਵਾ ਖੁਰਪ ਕਰਨ ਤੋਂ ਹੋਰ ਕੁਝ ਵੀ ਨਹੀਂ ਕਰਦੀਆਂ ਦੇਖੋ ਜੀ ਅਹੀਂ ਹੁਣ ਕੱਲਾ ਕੱਲਾ ਜਾ ਕੇ ਉੱਥੇ گاਵਾ ਥੋੜਾ ਹੱਕ ਦੇ ਫਿਰਾਂਗੇ ਨਹੀਂ ਨਹੀਂ ਉਹ ਤੁਹਾਡੀ ਅਸੀਂ ਨੀ ਪੱਥਰ ਰੱਖਿਆ ਦੇਖੋ ਏ ਇਹ ਸਾਰਾ ਦੇਖੋ ਗੱਲ ਪਤਾ ਕੀ ਆ ਜੀ ਇਹ ਤੁਹਾਨੂੰ ਗੱਲਾਂ ਬੜੀਆਂ ਸਾਫ਼ ਸਪਸ਼ਟ ਲੱਗਦੀਆਂ ਇਹ ਰਾਜਨੀਤੀ ਬੜੀ ਡੂੰਗੀ ਚੀਜ਼ ਐ ਸਾਰਾ ਕੁਝ ਦੇਖਣਾ ਪਈਦਾ ਬਿਲਕੁਲ ਆਪਸੋ ਇਸ ਕਰਕੇ ਤੁਸੀਂ ਇਹਦੇ ਲਈ ਮੈਂ ਤੁਹਾਨੂੰ ਸਹੀ ਦੱਸਾਂ ਵੀ ਇਹ ਪਾਣੀ ਵਾਲੀਆਂ ਬੱਸਾਂ ਦੂਜਾ ਤੇ ਜਾਏ ਈਕੋ ਤੇ ਗੱਲ ਲੋਕਾਂ ਨੇ ਲਾਂਦੀ ਇਹ ਵਿਰੋਧੀ ਪਾਰਟੀਆਂ ਨੇ ਲਾਂਦੀ ਨਾ ਇਹ ਇਹਨਾਂ ਕੁਝ ਕਰਦੇ ਤੇ ਨਾ ਇਹ ਸਾਰਾ ਕੁਝ ਕਰਨਾ ਪਈ ਤੁਕੇ ਚਲੋ ਮੈਂ ਮੰਨਦੀ ਆ ਤੁਹਾਡੀ ਗੱਲ ਵੀ ਪਾਣੀ ਵਾਲੀਆਂ ਬੱਸਾਂ ਐਂਡ ਜੋ ਵੀ ਤੁਹਾਡੀਆਂ ਇਹ ਪ੍ਰਾਪਤੀਆਂ ਨੇ ਜੋ ਵੀ ਤੁਸੀਂ ਤੁਸੀਂ ਇਹ ਦੱਸੋ ਅਸੀਂ ਬਾਕੀ ਬੱਸਾਂ ਨਹੀਂ ਚਲਾਈਆਂ ਏਸੀ ਬੱਸਾਂ ਪੰਜਾਬ ਚ ਚੱਲੀਆਂ ਪਿਛਲੇ 10 ਸਾਲਾਂ ਦੇ ਵਿੱਚ ਚੰਡੀਗੜ੍ਹ ਨੂੰ ਕਿੰਨੀ ਬਹੁਤ ਦੋਸ਼ ਹੀ ਲੱਗਦੇ ਆ ਰਹੇ ਨੇ ਕਿ ਸਿਰਫ ਥੋਡੀਆਂ ਹੀ ਚੱਲਦੀਆਂ ਪਈਆਂ ਨੇ ਜਿਹੜੀਆਂ ਐਕਚੁਅਲ ਚ ਬੱਸਾਂ ਹੈਗੀਆਂ ਨੇ ਉਹਨਾਂ ਨੂੰ ਕੋਈ ਰੂਟ ਹੀ ਨਹੀਂ ਮੈਂਗਰ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਬੇਨਤੀ ਕਰਾਂ ਤੁਸੀਂ ਇਹ ਦੱਸੋ ਵੀ ਕੀ ਜਿਹੜਾ ਬੰਦਾ ਰਾਜਨੀਤੀ ਚ ਆ ਜਾਂਦਾ ਉਹਨੂੰ ਕਾਰੋਬਾਰ ਕਰਨ ਦਾ ਹੱਕ ਨਹੀਂ ਪਿੰਡ ਦਾ ਸਰਪੰਚ ਲਾ ਲਓ ਜੇ ਕੋਈ ਵਾਈ ਕਰਦਾ ਤੇ ਉਹ ਸਰਪੰਚ ਬਣ ਗਿਆ ਤੇ ਖੇਤੀ ਛੱਡ ਦੂ ਜਾਂ ਜੇ ਕੋਈ ਬੰਦਾ ਦੁਕਾਨ ਦਾ ਤੇ ਕੋਈ ਜਿਹੜਾ ਸਰਪੰਚ ਆ ਉਹਦਾ ਉਹਜਾ ਕੰਮ ਹੈ ਜਿਹੋ ਜੇ ਹੁਣ ਬੰਦੇ ਦਾ ਉਹਦਾ ਆਊਗਾ ਉਹਜਾ ਕਾਰੋਬਾਰ ਆਊਗਾ ਪਰ ਗੱਲ ਇਹ ਹੈ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਬੰਦਾ ਆ ਪੰਜਾਬ ਦਾ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਜਾਂ ਕੋ ਹੋਰ ਆਉਦੇ ਤੇ ਉਹ ਹੱਟੀ ਪਾ ਲਵੇ ਨਹੀਂ ਨਹੀਂ ਸਰ ਪਰ ਤੁਹਾਡਾ ਇੱਕ ਕਾਰੋਬਾਰ ਦੇ ਨਾਲ ਨਾ ਜੁੜਦਾ ਪਿਆ ਨਾ ਜਾਣੇ ਉਹ ਕੋਈ ਵੀ ਕਾਰੋਬਾਰ ਮੈਂ ਤੁਹਾਨੂੰ ਬੇਨਤੀ ਕਰਾਂ ਮੈਡਮ ਜੀ ਦੇਖੋ ਗੱਲ ਇਹ ਆ ਵੀ ਇਹ ਜਿਹੜੀਆਂ ਚੀਜ਼ਾਂ ਇਹ ਤੋਂ ਦੱਸਣ ਕਿ ਇਹ ਇਹ ਇਥੋਂ ਸਾਡਾ ਪਤਾ ਲੱਗਦਾ ਸਾਡੀ ਇਮਾਨਦਾਰੀ ਦਾ ਇਹ ਨਿਆਣੇ ਪਾਲਣ ਲਈ ਬਾਕੀ ਸਾਰੇ ਕੁਝ ਲਈ ਹੀ ਆਪਣੇ ਕਾਰੋਬਾਰ ਚਲਾਇਆ ਜਿਹੜੀ ਸਾਡੀ ਰਾਜਨੀਤੀ ਉਹ ਸਾਡੀ ਸੇਵਾ ਹੈ ਨਹੀਂ ਪਰ ਹੁਣ ਦੇਖੋ ਮੇਰੀ ਗੱਲ ਸੁਣੋ ਜਿਹੜੇ ਬੰਦੇ ਦਾ ਕਾਰੋਬਾਰ ਕੋਈ ਨਹੀਂ ਦਾ ਮਤਲਬ ਉਹਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਅਸੀਂ ਕਾਰੋਬਾਰ ਵੱਖਰਾ ਰੱਖਿਆ ਰਾਜਨੀਤੀ ਵੱਖਰੀ ਅਸੀਂ ਇਹਨਾਂ ਤੁਸੀਂ ਵੱਖਰੀ ਕਰੀ ਜਾਂਦੇ ਹੋ ਅਸੀਂ ਇਹੋ ਹੀ ਤਾਂ ਕਹਿੰਦੇ ਵੀ ਰਾਜ ਨਹੀਂ ਸੇਵਾ ਅਸੀਂ ਤਾਂ ਕਹਿੰਦੇ ਵੀ ਕਰਾ ਲਓ ਬਿਲਕੁਲ ਬਿਲਕੁਲ ਮੌਦੀ ਹਾਜ਼ਰ ਹੈ ਚੰਚ ਦਾ ਵੀ ਚਾਹ ਸਰਕਲ ਸੀਨੀਅਰ ਪ੍ਰਧਾਨ ਸੈਕਟਰੀ ਜੀ ਅੱਜ ਮੇਰੇ ਨਾਲ ਮੌਜੂਦ ਨੇ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਪ੍ਰੋਗਰਾਮ ਚ ਅੱਜ ਦਾ ਵਿਚਾਰ ਦੇ ਵਿੱਚ ਸੋ ਸਰ ਆਪਾਂ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦੀ ਆ ਉਹ ਹੈ ਜੀ ਐਸਵਾਈਐਲ ਦਾ ਮੁੱਦਾ ਹਾਂ ਜੀ ਇਹ ਜਿਹੜਾ ਮੁੱਦਾ ਹੈ ਇਹਦੇ ਉੱਪਰ ਬਿਆਨਬਾਜ਼ੀ ਬਹੁਤ ਜ਼ਿਆਦਾ ਹੋਈ ਇਹਦੇ ਉੱਪਰ ਕਈ ਤਰ੍ਹਾਂ ਦੇ ਬਿਆਨ ਕਹਿ ਲਓ ਆਮ ਆਦਮੀ ਪਾਰਟੀ ਨੂੰ ਲੈ ਕੇ ਕਾਂਗਰਸ ਨੂੰ ਲੈ ਕੇ ਤੁਹਾਡੀ ਪਾਰਟੀ ਵੱਲੋਂ ਵੀ ਦਿੱਤੇ ਗਏ ਪਰ ਅਲਟੀਮੇਟਲੀ ਇਹਦਾ ਕੁਝ ਬਣਿਆ-ਬੁਣਿਆ ਹੈ ਨਹੀਂ ਮਤਲਬ ਨਹੀਂ ਬਣਿਆ ਦੇਖੋ ਬਣਨ ਦਿੱਤੇ ਨਹੀਂ ਜੀ ਸ਼੍ਰੋਮਣੀ ਕਾਲdal ਦੀ ਕਿੱਡੀ ਵੱਡੀ ਕੁਰਬਾਨੀ ਹੈ ਜੇ ਅਸੀਂ ਬੰਨ ਦੇਣੀ ਨਹੀਂ ਇਸ ਅਸੀਂ ਕਿਹਾ ਵੀ ਇਹ ਬਣੂਗੀ ਤਾਂ ਤਾਂ ਜਿਹਦੇ ਵਿੱਚ ਕੁਝ ਰਹੂਗਾ ਤੁਸੀਂ ਦੇਖੋ ਵੀ ਅਸੀਂ ਜਿਹੜੀ ਜ਼ਮੀਨ ਸੀਗੀ ਜੀ ਉਹ ਵੀ ਹੁਣ ਕਿਸਾਨਾਂ ਦੇ ਨਾਂ ਇਤਕਾਲ ਕਰਤੀ ਜਦੋਂ ਜ਼ਮੀਨ ਹੀ ਨਹੀਂ ਰਹਿ ਗਈ ਨਹਿਰ ਕਿੱਥੇ ਬਣਨੀ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਪਾਣੀ ਬਚਾਉਣ ਦੇ ਬਾਰੇ ਵਿੱਚ ਵੀ ਤਾਂ ਤੁਸੀਂ ਕੁਝ ਨਹੀਂ ਕੀਤਾ ਨਹੀਂ ਪਾਣੀ ਬਚਾਉਣ ਨੂੰ ਅਸੀਂ ਕੀ ਕਰਦੀ ਜੀ ਹੁਣ ਦੱਸੋ ਹੁਣ ਤੁਸੀਂ ਮੈਨੂੰ ਦੱਸੋ ਭੈਣ ਜੀ ਤੁਸੀਂ ਪੜੇ ਲਿਖੇ ਆ ਬਿਲਕੁਲ ਲੋਕਾਂ ਨੇ ਕਾਰਾਂ ਰੱਖਿਆ ਤਿੰਨ ਤਿੰਨ ਚਾਰ ਚਾਰ ਘਰੇ ਟੂਟੀਆਂ ਲਾਈਆਂ ਸਵਰਸਿਬਲ ਮੋਰ ਆ ਹੁਣ ਸਵੇਰ ਤੋਂ ਹੀ ਨੌਕਰ ਆ ਕੇ ਚਾਰ ਦੀਆਂ ਚਾਰ ਗੱਡੀਆਂ ਧੋਂਦਾ ਉਸ ਵਕ ਕੁੱਤਾ ਵੀ ਨਵਾ ਲੈਂਦੇ ਆ ਅਸੀਂ ਕੱਲੇ ਕੱਲੇ ਦੇ ਘਰੋਂ ਜਾ ਕੇ ਪੈ ਫੜ ਲੀਏ ਸਰ ਪਰ ਆਰਡਰ ਪਾਲਿਸੀਜ਼ ਵੀ ਤਾਂ ਕੋਈ ਚੀਜ਼ ਹੁੰਦੀ ਦੇਖੋ ਜੀ ਆਰਡਰ ਪਾਲਸੀਆਂ ਜਿਹੜੀਆਂ ਬਥੇਰੀਆਂ ਬਣਦੀਆਂ ਆਰਡਰ ਪਾਲਸੀਆਂ ਲੋਕ ਕੀ ਮੰਨਦੇ ਆ ਇਹ ਤਾਂ ਲਿਫਾਫੇ ਬੰਦ ਕੀਤੇ ਲੋਕ ਮੰਨੇ ਕਿੱਡੀ ਵੱਡੀ ਗੱਲ ਤੁਸੀਂ ਤੁਸੀਂ ਕਦੇ ਜ਼ਿਕਰ ਕੀਤਾ ਵੀ ਅਸੀਂ ਲਿਫਾਫੇ ਬੰਦ ਕੀਤੇ ਨਹੀਂ ਨਹੀਂ ਲੋਕਾਂ ਮੰਨਿਆ ਜੀ ਨਹੀਂ ਪਰ ਲੋਕਾਂ ਦੇ ਦੇਖੋ ਐਕਸ਼ਨ ਵੀ ਤਾਂ ਨਹੀਂ ਹੋਇਆ ਦੇਖੋ ਜੀ ਗੱਲ ਇਹ ਆ ਲੋਕਾਂ ਦੇ ਅਸੀਂ ਐਕਸ਼ਨ ਲਵਾਂਗੇ ਲੋਕਾਂ ਦਾ ਖਾ ਲੋਕ ਤਾਂ ਅੱਗੇ ਨਹੀਂ ਚੇੜਨਦੇ ਸਾਨੂੰ ਉਹ ਤਾਂ ਲੋਕਾਂ ਨੇ ਸਾਨੂੰ ਕਿਹਾ ਕਿ ਮੈਂ ਤਾਂ ਫੁੱਲ ਪਾਉਣੇ ਆ ਨਹੀਂ ਪਰ ਬਾਤ ਨੂੰ ਦੇਖੋ ਮੈਂ ਬੇਨਤੀ ਕਰਾਂ ਉਹੀ ਗੱਲ ਹੈ ਵੀ ਜਿਹੜੀ ਚੀਜ਼ ਅਸੀਂ ਲੋਕਾਂ ਦੇ ਹਿੱਤ ਚ ਕਰਦੇ ਆ ਉਹਨਾਂ ਲੋਕਾਂ ਨੂੰ ਐਂ ਲਾ ਦੇ ਮੈਂ ਇੰਦਾਂ ਦੀ ਵੜਦ ਪਰ ਮੈਨੂੰ ਇਹ ਹੋਰ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਅਸੀਂ ਲੋਕਾਂ ਨੂੰ ਤੁਸੀਂ ਕਹਿੰਦੇ ਪਾਣੀ ਬਚਾਓ ਅਸੀਂ ਪਾਣੀ ਬਚਾਓ ਅਸੀਂ ਕੀ ਕਰ ਲੋਕਾਂ ਨਾਲ ਕੇ ਬੰਦ ਕਰਾ ਦਈਏ ਨਹੀਂ ਪਰ ਮੋਟਰਾਂ ਬੰਦ ਕਰਾ ਦਈਏ ਸਰ ਪਰ ਕੋਈ ਨਾ ਕੋਈ ਆਰਡਰ ਕੋਈ ਪਾਲਿਸੀਸ ਤਾਂ ਹੁੰਦੀਆਂ ਨੇ ਜੁਰਮਾਨਾ ਹੁੰਦਾ ਦੇਖੋ ਜੀ ਆਰਡਰ ਪਾਲਿਸੀਆ ਸਾਰਾ ਕੁਝ ਹੁੰਦਾ ਅਸੀਂ ਆਪਣੇ ਲੋ ਕਰਨ ਦੀ ਕੋਸ਼ਿਸ਼ ਕਰਦੇ ਪਰ ਲੋਕ ਮੰਨਦੇ ਨਹੀਂ ਅਰੇ ਦੂਜੀ ਗੱਲ ਦੇਖੋ ਪਹਿਜੀ ਗੱਲ ਆ ਵੀ ਥੋੜੀ ਰਾਜਨੀਤੀ ਵੇਖਣੀ ਪੈਂਦੀ ਆ ਹੁਣ ਅਸੀਂ ਪਾਣੀ ਬਚਾਤਾ ਦੂਜਾ ਤਜਾਗਾ ਤਾਂ ਕਿਸੇ ਪੁੱਛਣਾ ਆਹ ਹੁਣ ਐਸਵਾਈਐ ਲਹਿਰ ਦਾ ਮੁੱਦਾ ਕਿੰਨਾ ਚਿਰ ਕਾਂਗਰਸ ਖੜਦੀ ਰਹੇ ਹੁਣ ਚੰਨ ਸਾਡਾ ਚੱਲੀ ਜਾਂਦਾ ਜਿਹੜੀ ਜੀ ਲੋਕਾਂ ਨੂੰ ਨਜ਼ਰਾਂ ਚ ਰੜਕੇ ਉੱਤੇ ਰਾਜਨੀਤੀ ਹਿੰਦੀ ਆ ਥੋੜਾ ਜਿਹਾ ਤੁਸੀਂ ਵੀ ਸਮਝਾ ਕਰੋ ਫਿਰ ਅਮਲੇ ਸਵਾਲ ਪੁੱਠੇ ਜਿਹਾ ਨਾ ਕਰੋ ਤੁਸੀਂ ਕੋਈ ਹੋਰ ਸਵਾਲ ਕਰ ਲਓ ਜੀ ਛੱਡੋ ਮੈਨੂੰ ਐ ਦੱਸੋ ਇੱਕ ਚੀਜ਼ ਜਿਹੜੀ 100 ਜਿਹੜੀ ਸਿੱਧੀ ਸਾਦੀ ਹੈ ਉਹ ਇਹ ਹੈ ਕਿ ਅੱਜ ਤੱਕ ਜਿਹੜੀਆਂ ਵੀ ਸੁਵਿਧਾਵਾਂ ਚਾਹੇ ਉਹ ਸੈਂਟਰਲ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਹਨ ਲੋਕਾਂ ਨੂੰ ਉਹਦੇ ਲਈ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਇਹ ਤਾਂ ਅਸੀਂ ਕੀਤੀਆਂ ਇਹ ਤਾਂ ਅਸੀਂ ਕਰਾਈਆਂ ਇਨਫੈਕਟ ਉਹ ਪਿਛਲੇ ਫੋਟੋ ਦਾ ਕਿੰਨਾ ਰੌਲਾ ਰਿਹਾ ਐਂਬੂਲੈਂਸ ਦੇ ਉੱਪਰ ਉਹ ਤੱਕ ਨਹੀਂ ਹਟਾਈ ਗਈ ਐਂਡ ਉੱਥੇ ਲੋਕਾਂ ਬਾਰੇ ਬਿਲਕੁਲ ਨਹੀਂ ਸੋਚਿਆ ਗਿਆ ਤੇ ਜਦੋਂ ਕਿਤੇ ਕੋਈ ਪ੍ਰੋਬਲਮ ਆਉਂਦੀ ਜੇ ਨਸ਼ੇ ਦੀ ਗੱਲ ਕਰ ਲਓ ਜਾਂ ਹੋਰ ਕਿਸੇ ਚੀਜ਼ ਦੀ ਗੱਲ ਕਰ ਲਓ ਉਦੋਂ ਤੁਸੀਂ ਫਟ ਕਹਿ ਦਿੰਦੇ ਹੋ ਵੀ ਇਹਦੀ ਜ਼ਿੰਮੇਵਾਰੀ ਹੈ ਟਰੈਕਟਰ ਸੈਂਟਰ ਜ਼ਿੰਮੇਵਾਰ ਹੈ ਜਿੱਥੇ ਕੰਮ ਸੈਂਟਰ ਦਾ ਉਹ ਸੈਂਟਰ ਦੇ ਰਹਿ ਤੁਸੀਂ ਮਨੇ ਇਹ ਦੱਸੋ ਵੀ ਜੇ ਸੈਂਟਰ ਸਾਨੂੰ ਸੂਦਾਵਾ ਦਿੰਦੀ ਐ ਸੈਂਟਰ ਨੇ ਐਂਬੂਲੈਂਸਾਂ ਚਲਾਈਆਂ ਜਾਂ ਜੋ ਵੀ ਚਲਾਇਆ ਮੰਨ ਲਓ ਆ ਜਾਂ ਪੈਨਸ਼ਨ ਸਕੀਮ ਐ ਜੀ ਸੈਂਟਰ ਦੀ ਆ ਸਕੀਮ ਐ ਸੈਂਟਰ ਦੀ ਆ ਸਕੀਮ ਐ ਬਿਲਕੁਲ ਬੇਨਤੀ ਕਰਾਂ ਜੀ ਵੀ ਅਸੀਂ ਕੀ ਗੱਲ ਅਫਗਾਨਿਸਤਾਨ ਚ ਰਹਿੰਦੇ ਨਹੀਂ ਕੀ ਗੱਲ ਪੰਜਾਬ ਦੇ ਲੋਕਾਂ ਨੇ ਸਰਦਾਰ ਮਨਮੋਹਨ ਨੂੰ ਵੋਟਾਂ ਨਹੀਂ ਪਾਈਆਂ ਪਾਈਆਂ ਕੀ ਪੰਜਾਬ ਦੇ ਲੋਕਾਂ ਨੇ ਮੋਦੀ ਨੂੰ ਵੋਟਾਂ ਨਹੀਂ ਪਾਈਆਂ ਪਾਈਆਂ ਨੇ ਆ ਤਾਂ ਫਿਰ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਤਾਂ ਉਹ ਲੋਕਾਂ ਦੀ ਸ਼ਿਵਾ ਕਰਨੇ ਚ ਕੀ ਰੌਲਾ ਨਹੀਂ ਨਹੀਂ ਰੌਲਾ ਇਹ ਤਾਂ ਮੈਂ ਕਹਿਣ ਦੀ ਗੱਲ ਆ ਜੀ ਇਹ ਤਾਂ ਤੁਸੀਂ ਸੈਂਟਰ ਪੰਜਾਬ ਸੈਂਟਰ ਪੰਜਾਬ ਇਹ ਰੌਲਾ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਮੈਂ ਸਾਫ਼ ਕਰ ਦਿਆਂ ਜਦੋਂ ਤੁਸੀਂ ਇੱਕ ਮੁਲਕ ਦੀ ਗੱਲ ਕਰਦੇ ਆ ਵੀ ਇਹ ਇੱਕ ਮੁਲਕ ਹੈ ਪੰਜਾਬ ਮੁਲਕ ਦਾ ਹਿੱਸਾ ਹੈ ਤੇ ਫਿਰ ਉਹ ਪਾਲਿਸੀਆਂ ਤੇ ਸਰਕਾਰਾਂ ਕਰਨੀਆਂ ਉਹ ਚ ਕਿੱਡੀ ਗੱਲ ਆ ਅੱਪਾ ਪਾਲਿਸੀਆਂ ਤੇ ਆ ਜਾਂਦੇ ਆ ਜੀ ਤੁਹਾਡੇ ਵੱਲੋਂ ਸੁਵਿਧਾ ਕੇਂਦਰ ਖੋਲੇ ਗਏ ਜਿਹੜੇ ਲੋਕਾਂ ਨੂੰ ਹਮੇਸ਼ਾ ਦੁਬਿਧਾ ਕੇਂਦਰ ਹੀ ਲੱਗਦੇ ਰਹੇ ਨੇ ਕਿਉਂਕਿ ਉਹਦੇ ਵਿੱਚ ਜੇ ਬੰਦਾ ਪਹੁੰਚ ਜਾਵੇ ਤਾਂ ਪਹਿਲੀ ਗੱਲ ਤਾਂ ਕੋਈ ਸਿੱਧੇ ਮੂੰਹ ਗੱਲ ਕਰਕੇ ਰਾਜ਼ੀ ਨਹੀਂ ਹੈਗਾ ਉਸ ਤੋਂ ਬਾਅਦ ਕਦੀ ਜਨਰੇਟਰ ਨਹੀਂ ਚੱਲਦਾ ਕਦੀ ਕੰਪਿਊਟਰ ਨਹੀਂ ਚੱਲਦਾ ਜੇ ਸਾਰਾ ਕੁਝ ਚੱਲਦਾ ਹੋਵੇ ਅਸੀਂ ਆਪਣੇ ਲੋ ਇਹ ਸਾਰਾ ਕੁਝ ਦਿੱਤਾ ਹੁਣ ਤੁਹਾਨੂੰ ਇਹਦੇ ਚ ਵੀ ਨੁਕਸ ਨਜ਼ਰ ਆਉਂਦਾ ਮੈਨੂੰ ਐਂ ਦੱਸੋ ਵੀ 100 ਸਾਲ ਪਹਿਲਾਂ ਇਹੋ ਜਿਹਾ ਕੁਝ ਹੈਗਾ ਸਰ 70 ਸਾਲ ਤੱਕ ਤੁਸੀਂ 70 ਸਾਲ ਹੀ ਲਾ ਲਓ ਜੀ ਤੁਸੀਂ ਬੜਾ ਮਗਰ ਪਾਇਆ 30 ਸਾਲ ਹੋਰ ਹੋਗਾ ਕੱਢ ਦਿਓ ਮੈਂ ਗੋਰਿਆਂ ਦਾ ਨਾਂ ਨਹੀਂ ਲੈਂਦਾ ਓਕੇ ਹੁਣ ਗੱਲ ਆ ਵੀ ਤੁਸੀਂ ਇਹ ਦੱਸੋ ਵੀ ਇਹਦੋਂ ਪਹਿਲਾਂ ਕਿਸੇ ਨੇ ਚਲਾਇਆ ਨਹੀਂ ਉਦੋਂ ਲੋਕ ਠੱਕੇ ਖਾਂਦੇ ਫਿਰਦੇ ਸੀ ਉਦੋਂ ਕੋਈ ਪੁਛਤਾ ਨਹੀਂ ਸੀ ਉਦੋਂ ਤੇ ਤੁਹਾਨੂੰ ਕਦੀ ਨਜ਼ਰ ਨਹੀਂ ਆਇਆ ਹੁਣ ਜਦ ਅਸੀਂ ਚਲਾਇਆ ਜੋ ਕਿਹ ਕੀ ਖਾਂਦੇ ਨੇ ਹੁਣ ਦੀ ਚੀਜ਼ ਖੁੱਲ ਗਈ ਜੇ ਸੁਵਿਧਾ ਕੇਂਦਰ ਖੋਲਤੇ ਤਾਂ ਕੰਮ ਤਾਂ ਹਾਲੇ ਵੀ ਨਹੀਂ ਉਹਨਾਂ ਚੋਂ ਕੋਈ ਮੈਂ ਤਾਂ ਫਿਰ ਪਹਿਲਾ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਫਿਰ ਉਹਨਾਂ ਨੂੰ ਹੌਲੀ-ਹੌਲੀ ਟਿਕਾ ਕੇ ਸੈੱਟ ਕਰਨਾ ਪੈਂਦਾ ਇਸ ਕਰਕੇ ਪਹਿਲਾ ਬਣੇ ਨੇ ਫਿਰ ਬਣਾਉਂਦਾ ਬਣਾਉਂਦਾ 25 ਸਾਲ ਦਾ ਬਕਫਾ ਲੱਗ ਜਾਣਾ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ 10 ਸਾਲੇ ਤੁਸੀਂ ਕਹਿੰਦੇ ਹੁਣ ਸਬੂਧਾ ਸੈਂਟਰ ਬਣਾ ਤੇ ਹੁਣੇ ਚੱਲ ਵੀ ਜਾ ਐ ਥੋੜਾ ਬਈ ਪਹਿਲਾਂ ਇਹ ਬਣੇ ਨੇ ਫਿਰ ਸਾਨੂੰ ਬਦਲਵਾ ਮੁਸ਼ਕਲਾਉਂਦੀ ਹੈ ਨਾ ਫਿਰ ਉਸ ਹਾਲ ਨਾ ਕੋਣ ਬਣਨਾ ਫਿਰ ਜਾ ਕੇ ਸਬੂਧਾ ਹੁਣੀ ਹਾਂ ਵੈਸੇ ਵੀ 10 ਸਾਲ ਦਾ ਟਾਈਮ ਬਹੁਤ ਹੀ ਥੋੜਾ ਟਾਈਮ ਹੈ ਕੁਝ ਵੀ ਨਹੀਂ ਜੀ ਤਾਂ ਸਮਝ ਕੀ ਬਣਾ ਤਾ ਬਿਲਕੁਲ ਉਹ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾ ਸਰ ਜੰਚਦਾ ਵੀਚਾ ਤੇ ਮੈਂ ਚਰਾ ਹੋਰ ਮਾਰਦੇ ਮੈਂ ਜਾਣਾ ਮੇਰੀ ਮੀਟਿੰਗ ਅੱਗੇ ਸਰ ਬਸ ਕੁਝ ਇੱਕ ਸਵਾਲ ਹੋ ਰਿਹਾ ਪਾ ਦੱਸੋ ਦੱਸੋ ਹਾਂਜੀ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦੀ ਸੀ ਵੀ ਤੁਸੀਂ ਕਹਿੰਦੇ ਹੋ 10 ਸਾਲ 10 ਸਾਲ 10 ਸਾਲ 25 ਸਾਲ ਇਹੀ ਰੌਲਾ ਉਨੀ ਦੇਰ ਦੇ ਪਾਈ ਜਾਂਦੇ ਮੈਨੂੰ ਇਹ ਦੱਸੋ ਵੀ 10 ਸਾਲ ਤੱਕ ਸਰਕਾਰ ਨਹੀਂ ਪਰ ਇਹ ਕੰਮ ਜਿਹੜੇ ਹੋਏ ਡੇਢ ਦੋ ਮਹੀਨਿਆਂ ਦੇ ਵਿੱਚ ਹੀ ਕੁਝ ਕੁ ਤੁਸੀਂ ਕਰਨ ਲੱਗੇ ਹੋ ਮਤਲਬ ਜੇ ਹੁਣ ਮੈਂ ਗੱਲ ਕਰਾਂ BPL ਪਰਿਵਾਰ ਜਿਹੜੇ ਨੇ ਜਿਹੜੇ ਕਾਰਡ ਤੁਸੀਂ ਬਣਾਏ ਮਤਲਬ ਪੌਣੇ ਇੱਕ 3 ਕਰੋੜ ਵੱਧ ਹੀ ਹੈ ਇਸ ਵੇਲੇ ਪੰਜਾਬ ਦੀ ਤੇ ਅੱਧੋਂ ਜ਼ਿਆਦਾ ਲੋਕਾਂ ਦੇ ਤੁਸੀਂ BPL ਕਾਰਡ ਬਣਾ ਦਿੱਤੇ ਦੇਖੋ ਜੀ ਇਹ ਇਹਦੇ 'ਚ ਵੀ ਤੁਹਾਨੂੰ ਤੰਗੀ ਮੈਂ ਉਹੀ ਤੁਹਾਨੂੰ ਬੇਨਤੀ ਕਰਾਂ ਜੀ ਵੀ ਜਦੋਂ ਇੱਕ ਬੰਦਾ ਮਨ ਬਣਾ ਲੈਂਦਾ ਨਾ ਜੀ ਵੀ ਮੈਂ ਇਹ ਤੇ ਉਹੀ ਗੱਲ ਹੈ ਵੀ ਮੈਂ ਨਹੀਂ ਇਹ ਤੇ ਬਸਣੇ ਦੀ ਦਾੜੀ ਹਲਦੀ ਹੈ। ਨਹੀਂ ਨਹੀਂ। ਉਹ ਗੱਲ ਵੀ ਜੇ ਕੋਈ ਕੰਮ ਚਾਹੀਦਾ ਵੀ ਅੱਛਾ ਇਹ ਨਹੀਂ ਵੀ ਦੇਖੋ ਕਿੰਨੀ ਵੱਡੀ ਗੱਲ ਹੈ ਵੀ ਅੱਧੀ ਆਬਾਦੀ ਦੇ ਅਸੀਂ ਕਾਰਡ ਬਹਾੜਾ ਦਾ ਲੋਟ ਨਹੀਂ ਆਉਂਦਾ ਇਹ ਤਾਂ ਪੂਰੀ ਦੀ ਬਣਾ ਦਈਏ। ਸਰ ਵਿਕਾਸ ਤਾਂ ਉਹ ਹੋਇਆ ਨਾ ਵੀ ਜਿਹਦੇ ਵਿੱਚ ਜੇ ਅੱਧੀ ਆਬਾਦੀ ਦੇ ਪਹਿਲਾਂ ਕਾਰਡ ਸੀਗੇ ਤਾਂ ਹੁਣ ਕੁਝ ਇੱਕ ਮਤਲਬ ਪਰਸੈਂਟ ਹੀ ਲੋਕਾਂ ਦੇ ਕਾਰਡ ਰਹਿ ਜਾਂਦੇ। ਬਾਕੀ ਸਾਰੇ ਤਰੱਕੀ ਕਰ ਜਾਂਦੇ। ਪਰ ਤੁਸੀਂ ਉਲਟੀ ਤਰੱਕੀ ਗਣਾਈ ਨਾ। ਇੱਕ ਪਾਸੇ ਤੁਸੀਂ ਆਹ ਗੱਲ ਕਰਦੇ ਆਂ ਜੀ। ਵੀ ਇਹ ਉਲਟੀ ਤਰੱਕੀ ਹੋ ਗਈ। ਅਸੀਂ ਕਿਹੜਾ 10 ਸਾਲ ਰਸ਼ਦ ਦੇਤਾ। ਜੇ ਮੰਨ ਲਓ 1.5-2 ਮਹੀ ਸਾਰਿਆਂ ਨੂੰ ਕਹਿੰਦੇ ਹੋ ਵੀ ਅਸੀਂ ਸਾਰਿਆਂ ਦੇ ਨਹੀਂ ਕਾਟ ਰਹੇ ਹਾਂ ਸਾਰਿਆਂ ਦਾ ਬਣਾ ਦਿਓ ਅਸੀਂ 4-5 ਹਫ਼ਤੇ ਹੋਰ ਵੰਡਦੇ ਹਾਂ ਕੀ ਫਰਕ ਪੈਣਾ ਬੰਦਾ ਸਾਰਿਆਂ ਜਿੰਨਾ ਤੁਹਾਡੇ ਕੋਲ ਰਾਸ਼ਨ ਆ ਜਾਊਗਾ ਦੇਖੋ ਜੀ 4-5 ਹਫ਼ਤੇ ਵੰਡਣਾ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਤੁਸੀਂ ਕਹਿੰਦੇ 10 ਸਾਲਾਂ ਦਾ ਕੰਮ ਤੁਸੀਂ ਮੈਂ ਪਿੱਛੋਂ ਜੋ ਆ ਕੇ ਕੰਮ ਕੀਤਾ ਇਹ ਬੜਾ ਜ਼ਰੂਰੀ ਹੈ ਜੀ ਤੁਸੀਂ ਸਿਕੋਲਜੀ ਨਹੀਂ ਪੜੀ ਬੰਦਾ ਪੁਰਾਣੀ ਚੀਜ਼ ਭੁੱਲ ਜਾਂਦਾ ਮੈਨੂੰ ਦੱਸੋ ਤੂੰ ਦੱਸਾਂ ਸਾਲਾਂ ਦਾ ਵਕਫਾ ਜਿਹੜਾ ਛੋਟਾ ਵਕਫਾ ਨਹੀਂ ਹੁੰਦਾ ਇਹ ਇਹ ਲੋਕਾਂ ਨੂੰ ਚੇਤਨ ਕਰਦਾ ਮੈਂ ਬੇਨਤੀ ਕਰਾਂ ਜੀ ਕਿ ਤੁਸੀਂ ਦੇਖੋ 10 ਸਾਲ ਪਹਿਲਾਂ ਜਿਹੜਾ ਨੈਣਾ ਜੇ ਜੰਮਿਆ ਅਲਕੋਲ ਪੜਦਾ ਕਿ ਨਹੀਂ ਪੜਦਾ ਪੰਜਵੀਂ ਚ ਲਾ ਲਓ ਚਲੋ ਪੰਜਵੀਂ ਚ ਲਾ ਲਓ ਹੁਣ ਜਿਹੜਾ ਨਿਆਣਾ ਜੰਮ ਕੇ ਪੰਜਵੀਂ ਚ ਹੋ ਗਿਆ ਐਡੇ ਵੱਡੇ ਸਮੇਂ ਚ ਕਿਸੇ ਨੂੰ ਕੀ ਚੇਤਾ ਬਈ ਹੁਣ ਜੇ ਅਸੀਂ ਉਹਦਾ ਸਾਰਾ ਕੁਝ ਲਾਈ ਜਾਦੇ ਕਿਸ ਨੂੰ ਚਿੱਤ ਰਣ ਹੁਣ ਡੇਢ ਦੋ ਮਹੀਨੇ ਤੁਸੀਂ ਫੜਫੜ ਕੇ ਕੰਮ ਕੀਤਾ ਰੇਕ ਨੂੰ ਹੁਣ ਅੰਬਰਸਰ ਹੈ ਜੀ ਹਮ ਅੱਜ ਤੋਂ 5-6 ਸਾਲ ਪਹਿਲਾਂ ਤੁਹਾਨੂੰ ਰਿਕਸ਼ਾ ਮਿਲਦਾ ਸੀ ਸਿਰ ਚ ਘੱਟਾ ਪੈਂਦਾ ਸੀ ਕੋ ਰਾਹ ਮਿਲਦਾ ਸੀ ਨਹੀਂ ਮਿਲ ਕੇ ਕਿਸ ਨੂੰ ਪਤਾ ਹੁਣ ਤੁਸੀਂ ਗੇਟ ਲੰਘ ਕੇ ਜਦੋਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਆਇਆਂ ਕਰਕੇ ਬੰਦਾ ਦੇਦਾ ਆ ਹੁੰਦੀ ਏ ਗੱਲ ਪਾਲਸੀਆਂ ਨੂੰ ਕਹਿੰਦੇ ਨਹੀਂ ਪਰ ਇਹ ਐਸੀਆਂ ਪਾਲਸੀਆਂ ਕੀ ਕਰਨੀਆਂ ਵੀ 5 ਸਾਲ ਰੱਜ ਕੇ ਲੋਕਾਂ ਨੂੰ ਪਹਿਲਾਂ ਖੱਜਲ ਕਰ ਲੋ ਤੇ ਮੁੜ ਕੇ ਐਂਡ ਵਾਲੇ ਜਿਹੜੇ 2 ਕੁ ਮਹੀਨੇ ਨੇ ਜਾਂ 1.5 ਕੁ ਮਹੀਨੇ ਉਹਦੇ ਚੋਂ ਆਹੇ ਆਹੇ ਲੋਕਾਂ ਨੂੰ ਚੇਤਾ ਰੱਖਣ ਦੀ ਗੱਲ ਕਰਦਾ ਵੀ ਜੇ ਅਸੀਂ ਕਰਨ ਤੇ ਆ ਜੇ ਇਹਦੇ 2 ਮਹੀਨੇ ਜੀ ਕਰ ਦਿਆਂਗੇ ਤੁਸੀਂ ਸਾਨੂੰ 25 ਸਾਲ ਦੇ ਦਿਓ ਇਹ ਕਿਤਾਬ ਹੋਰ ਲੋਟ ਲਿਆ ਦਾਂਗੇ ਬਿਲਕੁਲ ਇਹ ਇਹਦਾ ਟ੍ਰੇਲਰ ਜਦੋਂ ਫਿਲਮ ਹੁੰਦੀ ਜੀ ਤੁਹਾਨੂੰ ਟੈਲੀਵਿਜ਼ਨ ਤੋਂ ਜ਼ਿਆਦਾ ਪਤਾ ਹੋਣਾ ਹਰੇਕ ਦਾ ਟ੍ਰੇਲਰ ਹੁੰਦਾ ਬਿਲਕੁਲ ਦੋ ਸਾਲਾਂ ਦਾ ਹਲੇ ਟ੍ਰੇਲਰ ਹੀ ਦਿਖਾਇਆ ਫਿਰ ਤੁਹਾਨੂੰ ਇਹ ਟ੍ਰੇਲਰ ਦਿਖਾ ਵੀ ਐ ਕਰ ਦਾਂਗੇ ਦੇਖੋ ਜੇ ਤੁਸੀਂ 25 ਸਾਲ ਸਾਨੂੰ ਹੋਰ ਮੌਕਾ ਦਿੰਦੇ ਆ ਵੀ ਪੰਜਾਬ ਦੇ ਵਿੱਚ ਕੋਈ ਨੁੱਕਰ ਕੋਈ ਕਸਬਾ ਕੋਈ ਥਾਂ ਅਸਰ ਨਹੀਂ ਜਿੱਥੇ ਵਿਕਾਸ ਨਹੀਂ ਹੋਗਾ ਡੈਫੀਨਿਟਲੀ ਲੋਕ ਕਹੋਂ ਚੰਗੀ ਤਰ੍ਹਾਂ ਦੇ ਨਾਲ ਅੰਦਾਜ਼ਾ ਲਗਾ ਸਕਦੇ ਨੇ ਜੀ ਕਿ ਦਸਾਂ ਸਾਲਾਂ ਦਾ ਜਿੱਥੇ ਦੇਖੋ ਮੈਂ ਨਹੀਂ ਤੁਹਾਡੀਆਂ ਜਿਹੜੀਆਂ ਗੱਲਾਂ ਤੋਂ ਸਾਨੂੰ ਇਹ ਲੱਗ ਰਿਹਾ ਵੀ ਤੁਸੀਂ ਸਾਨੂੰ ਇੱਥੇ ਸੱਦ ਕੇ ਭੰਡਣ ਡਿਆ ਮੈਂ ਤਾਂ ਬਾਰ-ਬਾਰ ਬੇਨਤੀ ਕਰਾਂ ਇਹ ਜੋ ਦੇਖੋ ਇਹ ਬਹੁਤ ਸਾਰੇ ਹੋਜੇ ਚੈਨਲ ਸਾਨੂੰ ਅੱਜ ਕੱਲ ਇਹ ਸਾਰਾ ਕੁਝ ਕਰਨ ਦਾ ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦਿੰਦਾ ਵੀ ਸਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਇੰਨੇ ਜ਼ਿਆਦਾ ਬਿਲਕੁਲ ਨਹੀਂ ਅਸੀਂ ਕੌਨਫੀਡੈਂਟ ਆ ਸਾਨੂੰ ਪਤਾ ਲੋਕਾਂ ਦੀ ਨਫਸ ਦਾ ਆ ਜਿਹੜਾ ਤੁਸੀਂ ਆ ਆ ਝੜੂ ਵਾਲੇ ਆ ਗਏ ਜੀ ਇਹ ਮੈਂ ਕਰਦਾ ਕਿ ਜੋ ਕਹਿੰਦੇ ਲੱਪਣੇ ਨਹੀਂ ਤੀਲੇਮ ਖਲਰ ਜਾਣੇ ਆ ਜੀ ਨਹੀਂ ਪਰ ਇਹ ਬਿਆਨ ਤਾਂ ਤੁਸੀਂ ਕਦੋਂ ਦੇ ਦਿੰਦੇ ਆਉਨੇ ਹੋ ਪਰ ਲੋਕ ਅਸੀਂ ਵੀ ਦਿੰਨਾ ਕਾਗਰ ਥੜਾ ਵੀ ਦਿੰਦੇ ਜੀ ਗੱਲ ਸਹੀ ਆ ਸਾਨੂੰ ਪਤਾ ਦੇੜੇ ਬੰਦੇ ਨੂੰ ਕਿਹਨਾਂ ਲੱਗੀ ਸੀ ਵੀ ਇੱਕ ਬੰਨੇ ਤੁਸੀਂ ਦੋਵੇਂ ਪਾਰਟੀਆਂ ਕੱਢੀ ਉਸ ਪਾਰਟੀ ਨੂੰ ਟਾਰਗੇਟ ਕਰੀ ਜਾਂਦੇ ਹੋ ਦੂਜੇ ਬੰਨੇ ਤੁਸੀਂ ਕਹਿੰਦੇ ਉਹਨਾਂ ਦੀ ਕੋਈ ਹੋ ਨਹੀਂ ਹੈ ਨੀ ਦੇਖੋ ਜੀ ਮੈਂ ਬੇਨਤੀ ਕਰਾਂ ਜੇ ਮੈਂ ਤੁਹਾਨੂੰ ਚੁੰਡੀ ਵੜਦਾ ਤਾਂ ਤੁਸੀਂ ਵੀ ਚਪੇੜ ਮੇਰੀ ਮਾਰਨੀ ਹੁਣ ਜੇ ਉਹ ਝਾੜੂ ਵਾਲੇ ਸਾਨੂੰ ਆਂਦੇ ਆ ਉਧਰੋਂ ਕਾਂਗਰਸ ਵਾਲੇ ਨੂੰ ਆਂਦੇ ਆ ਤੇ ਅਸੀਂ ਫਿਰ ਉਹਨੂੰ ਹੀ ਆਖਾਂਗੇ ਪਰ ਆਪਸ ਵਿੱਚ ਇੱਕ ਦੂਜੇ ਨੂੰ ਤੁਸੀਂ ਕੀ ਦੇਖੋ ਨੀ ਆਪਸ ਨੂੰ ਟਾਈਮ ਹੀ ਨਹੀਂ ਲੱਗਣ ਦਿੰਦੇ ਜੀ ਉਹ ਕੋਈ ਨਾ ਕੋਈ ਇਧਰੋਂ ਬੋਲ ਪੈਂਦਾ ਕੋ ਉਧਰੋਂ ਬੋਲ ਪੈਂਦਾ ਕੋ ਸਮਝ ਲੱਗੇ ਤਾਂ ਜੀ ਬਿਲਕੁਲ। ਇਹ ਤਾਂ ਕਹਿੰਦੇ ਆ ਵੀ ਕਿੰਨੇ ਚਿਰ ਤੋਂ ਦੇਖੋ 17 ਸਾਲਾਂ ਦਾ ਪਿਆਰ ਨਾਲ ਕੰਮ ਚੱਲਣ ਦੇ। ਬਿਲਕੁਲ ਸਰ। ਉਹਨਾਂ ਦਾ ਅਸੀਂ ਵੀ ਉਧਰ ਕਹਿ ਦਨੀ ਆ ਦੋ ਚਾਰ ਗੱਲਾਂ, ਦੋ ਚਾਰ ਗੱਲਾਂ ਉਹਨਾਂ ਕਹਿ ਦਨੀ ਆ ਰਾਂ ਮਿਲ ਕੇ ਚਲੋ ਵਧੀਆ ਸੀ। ਮਤਲਬ ਘਰ ਪਰਿਵਾਰਜਾ ਬਣਿਆ ਹੋਇਆ ਸੀ। ਪਰਿਸ਼ਤੇਦਾਰੀਆਂ ਜੀ ਮੈਂ ਉਹੀ ਤੈਨੂੰ ਕਹਿ ਰਹਾ ਸਾਡੀਆਂ ਆਪ ਰਿਸ਼ਤੇਦਾਰੀਆਂ ਧੀਆਂ ਭੈਣਾਂ ਵਿਆਹੀਆਂ ਉਧਰ ਸਾਥ ਸਿਆਣਾ ਨੇ। ਹੂੰ ਉਹ ਵੀ ਮੈਂ ਕਹਿੰਦਾ ਵੀ ਇਹ ਜਿਹੜੀ ਭਾਈਚਾਰਕ ਸਾਜ ਨੂੰ ਇਹਨਾਂ ਨੇ ਮਤਲਬ ਤੋੜਨ ਦੀ ਗੱਲ ਕੀਤੀ ਨਾ ਜੀ ਇਹ ਆਪਣਾ ਆਮ ਆਦਮੀ ਪਾ ਇਹ ਬੜੀ ਗਲਤੀ ਹੈ ਅਸੀਂ ਵਾਰ-ਵਾਰ ਇਹੀ ਦੇਖੋ ਬੇਨਤੀ ਕਰਦੇ ਵੀ ਪੰਜਾਬ ਦੇ ਵਿੱਚ ਇਹ ਜਿਹੜੀ ਭਾਈਚਾਰਕ ਸਾਜ ਹੈ ਹੂੰ ਇਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਮੈਂ ਤੁਹਾਡੀਆਂ ਗੱਲਾਂ ਤੋਂ ਸਾਫ਼ ਸਮਝ ਲਈਆਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਮੈਂ ਮੈਂ ਅਪੀਲ ਕਰਦਾ ਹਾਂ ਵੀ ਤੁਸੀਂ ਵੱਧ ਚੜ ਕੇ ਹਿੱਸਾ ਪਾਉਣਾ ਜੀ ਪੰਜਾਬ ਦੇ ਵਿਕਾਸ ਦੇ ਵਿੱਚ ਤੇ ਇੱਕ ਵਾਰ ਦੁਬਾਰਾ ਸਾਡੀ ਸਰਕਾਰ ਆਵੇ ਕਿਉਂਕਿ 25 ਸਾਲ 25 ਸਾਲ ਅਸੀਂ ਰਾਜ ਕਰਨ ਵਾਸਤੇ ਆਏ ਪੰਜਾਬ ਨੂੰ ਇਹ ਜਿਹੜੇ ਲੁਟੇਰੇ ਨੇ ਜਿਹੜੇ ਧੜਵੀ ਨੇ ਇਹਨਾਂ ਤੋਂ ਆਪਾਂ ਬਚਾ ਸਕੀਏ ਇਹ ਦਿੱਲੀ ਦੇ ਪਗੋੜੇ ਲੋਕ ਨੇ ਜਿਨ੍ਹਾਂ ਨੇ ਇੱਥੇ ਆ ਕੇ ਦੇ ਕਹਿੰਦੇ ਵੀ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਦਿੱਲੀ ਦਾ ਬੰਦੇ ਨਾਲੋਂ ਹੋਇਆ ਨਹੀਂ ਪੰਜਾਬ ਦਾ ਨਾ ਕੀ ਕਰਨਾ ਆਫਟਰ ਆਲ ਪੰਜਾਬ 'ਚ ਰਹਿੰਦੇ ਆ ਤੁਸੀਂ ਪੰਜਾਬ ਦਾ ਇੰਨਾ ਵਿਕਾਸ ਕਰਤਾ ਡੇਢ ਹੁਣ ਹੀ ਕਰਦੇ ਜਿਹੜਾ ਕੰਮ ਅਸੀਂ ਡੇਢ ਦੋ ਮਹੀਨਾ ਹੀ ਕਰਦਾਂਗੇ ਇਹਨਾਂ ਨੂੰ ਦਿੱਲੀੋਂ ਆ ਕੇ ਕੀ ਪਤਾ ਲੱਗਣਾ ਨਾਲੇ ਦੇਖੋ ਗੱਲ ਪਤਾ ਕਿ ਈਡੇ ਦੋ ਧੋਦੇ ਨਹੀਂ ਹੈਗੇ ਅੱਦੇ ਬੰਦੇ ਇਹਨਾਂ ਨੇ ਸਾਡੇ ਕਾਲੀ ਦਲ ਦੇ ਚੋਕਲੇ ਅੱਦੇ ਇਹਨਾਂ ਨੇ ਕਾਂਗਰਸੀਆਂ ਦੇ ਚੋਕਲੇ ਉਹਨਾਂ ਨੂੰ ਜਾ ਕੇ ਟਿਕਟਾਂ ਦੇਤੀਆਂ ਜੀ ਜਿਹੜੇ ਅੱਛੀ ਉਹੀ ਬੇਤੀ ਕਰਦੇ ਆ ਵੀ ਜਿਹੜੇ ਬੰਦੇ ਸਾਡੀ ਪਾਰਟੀ 'ਚ ਨਹੀਂ ਜਿਨ੍ਹਾਂ ਨੂੰ ਨਹੀਂ ਗਿਣਦੇ ਉਹਨਾਂ ਨੂੰ ਜਾ ਕੇ ਰਹਿਨ ਖੂਦ ਨੂੰ ਇਹਨਾਂ ਨੇ ਆਪਣਾ ਲੀਡਰ ਬਣਾ ਲਿਆ ਇਹ ਬੰਦੇ ਕੰਮ ਕਰਕੇ ਦੇਣਗੇ ਪਾਰਟੀ 'ਚ ਲੋਕ ਆਏ ਨੇ ਉਹਨਾਂ ਬਾਰੇ ਕੀ ਕਹਿੰਦੇ ਹੋ ਸਾਡੀ ਪਾਰਟੀ 'ਚ ਕੋਈ ਨਹੀਂ ਆਇਆ ਜੀ ਅੱਛਾ ਸਾਡੀ ਪਾਰਟੀ 'ਚ ਕੋਈ ਬੰਦਾ ਨਹੀਂ ਆਇਆ ਇਸ ਤਰ੍ਹਾਂ ਦਾ ਨਾਂ ਨਹੀਂ ਰੱਖਦੇ ਸਾਨੂੰ ਕੀ ਲੋੜ ਪਈ ਪਰ ਸਾਡੀ ਪਾਰਟੀ ਕੁਰਬਾਨੀਆਂ ਵਾਲੀ ਪਾਰਟੀ ਠੀਕ ਇਹਨਾਂ ਨੇ ਕੀ ਕੁਰਬਾਨੀ ਕੀਤੀ ਦੱਸੋ ਪੁੱਛ ਰਿਹਾ ਹੋ ਕੁ ਕੁਰਬਾਨੀ ਆ ਇਹਨਾਂ ਦੀ ਨਹੀਂ ਮੈਂ ਤੁਹਾਡੀਆਂ ਗੱਲਾਂ ਤੋਂ ਬਿਲਕੁਲ ਸਮਝ ਗਈਆਂ ਪਤਾ ਗੱਲ ਤੁਸੀਂ ਕਹਿੰਦੇ ਵੀ ਅਸੀਂ ਤਲਖੀ ਹੁਣ ਜਦੋਂ ਤੁਸੀਂ ਪੂਰੀ ਦੁਨੀਆ ਹੀ ਸਾਡੇ ਦਿਵਾਲੇ ਹੋ ਜੂਗੀ ਸਾਰਾ ਕੁਝ ਕੀਤੇ ਦੇ ਬਾਵਜੂਦ ਤੁਸੀਂ ਤਸੀਂ ਤਲਖੀ ਚ ਬੋਲੀ ਨਾ ਫਿਰ ਤੋਂ ਕਮਾਲ ਕਰਦੇ ਤੁਸੀਂ ਫਿਰ ਸਾਸਰੀਕਾਲ ਜੀ ਨਵੇੜੋ ਕੰਮ ਕੁੰਮ ਜੇ ਜਿਹੜਾ ਹੋ ਗਿਆ ਮੈਂ ਜਾਣਾ ਕਾ ਕੇ ਮੀਟਿੰਗ ਤੇ ਹਾਂਜੀ ਆਪਾਂ ਪ੍ਰੋਗਰਾਮ ਸਮੇਟਣ ਦਾ ਸਮਾਂ ਹੋ ਗਿਆ ਜੀ ਬਾਕੀ ਆਪਣੀ ਫੀਡਬੈਕ ਜ਼ਰੂਰ ਸਾਡੇ ਤੇ ਪਹੁੰਚਾਇਆ ਕਰੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਸਰ ਮਿਹਰਬਾਨੀ ਤੁਹਾਡੀ ਵੀ ਸਾਸਰੀਕਾਲ ਜੀ ਸਾਸਰੀਕਾਲ ਜੀ 뭐 어디 하즈라? 잔치다 미자.